ਸੁਣਵਾਈ ਜਾਂਦੇ ਹੈ। ਮਿਸਤਰੀ ਜੀ, ਹਾਂਜੀ, ਚੰਨੀ ਸਰਦਾਰ ਹੈ ਘਰੇ? ਅੰਦਰ ਮੈਡਮ ਨੂੰ ਪੁੱਛ ਲਓ ਜੀ, ਅੰਦਰ ਆਈ ਮੈਡਮ ਹੈਗੀ ਹੈ? ਹਾਂਜੀ ਹਾਂਜੀ ਠੀਕ ਹੈ ਮੈਡਮ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਠੀਕ ਹੈ ਜੀ, ਵਧੀਆ। ਆ ਗਏ ਪ੍ਰਧਾਨ ਜੀ? ਨਹੀਂ ਜੀ, ਉਹ ਚੰਡੀਗੜ੍ਹ ਤੇ ਚੱਲੇ ਹੋਏ ਨੇ, 4 ਘੰਟੇ ਲੱਗ ਜਾਣਗੇ ਉਹਨਾਂ ਨੂੰ ਪਹੁੰਚਣ ਚ। ਅੱਛਾ ਅੱਛਾ, ਪਹਿਲੇ ਐਂ ਦੱਸੋ, ਮੈਂ ਪਾਣੀ ਚਾਹ? ਕੋਈ ਨੀ, ਚਾਹ ਪਾਣੀ ਵੀ ਪੀਵਾਂਗੇ। ਅਸੀਂ ਤਾਂ ਗੱਲ ਕਰਨ ਆਏ ਸੀ ਵੀ ਜੇ ਜਲਦੀ ਆ ਜਾਂਦਾ ਤਾਂ ਠੀਕ ਸੀਗਾ, ਕਿ ਸਾਰਾ ਉਲਝ ਕੇ ਰਹਿ ਗਿਆ। ਹੈ, ਉਲਝ ਕੇ ਰਹਿ ਗਿਆ? ਹਾਂ, ਮੈਂ ਕੁਝ ਸਮਝੀ ਨਹੀਂ। ਉਹੀ ਗੱਲ ਕਰਦਾ ਵੀ ਹੁਣ ਪ੍ਰਧਾਨ ਹੁੰਦੇ ਨਾ, ਉਹਨਾਂ ਨਾਲ ਤਾਂ ਖੁੱਲ ਕੇ ਗੱਲ ਕਰੀਏ, ਜੇ ਉਹ ਆ ਵੀ ਜਾਣ ਤਾਂ ਵੀ ਉਹ ਕੇਸ ਨੂੰ ਸੰਭਾਲ ਲੈਣ, ਮੇਰੇ ਹੱਥ ਚੋਂ ਬਾਹਰ ਹੋ ਗਈ ਗੱਲ। ਬਾਹਰ ਹੋ ਗਈ? ਤੁਸੀਂ ਮੈਨੂੰ ਦੱਸੋ ਕੀ ਗੱਲ ਹੈ। ਗੱਲ ਇਹ ਹੈ, ਜਿਹੜਾ ਆਪਾਂ ਪਰਚਾ ਪਵਾਇਆ ਸੀ ਉਹਦੇ ਤੇ, ਹਾਂਜੀ, ਵੀ ਕੇਸ ਉਹਦੇ ਤੇ ਲਾਗੂ ਹੋ ਜਾਊਗਾ, ਪਰ ਸੋਰੀ ਨੇ ਪਤਾ ਹੀ ਨਹੀਂ ਕੀ ਗੱਲ ਹੋਈ, ਜਦੋਂ ਸਰਪੰਚ ਉਹ ਕੁੜੀ ਦੇ ਸਾਹਮਣੇ ਹੋਇਆ, ਪਾਣੀ ਪਾਣੀ ਹੋ ਕੇ ਖੜ ਗਈ ਤੇ ਚੁੱਪ ਕਰ ਗਈ। ਇੱਕ ਮਿੰਟ ਮੇਰੀ ਗੱਲ ਸੁਣੋ। ਹਾਂਜੀ, ਹਜੇ ਤੱਕ ਤੁਸੀਂ ਉਹਨੂੰ ਜੇਲ੍ਹ ਦੇ ਅੰਦਰ ਹੀ ਨਹੀਂ ਭਿਜਵਾਇਆ ਸਰਪੰਚ ਨੂੰ? ਬਹੁਤ ਕੋਸ਼ਿਸ਼ ਕੀਤੀ ਜੀ। ਮੇਰੀ ਗੱਲ ਤਾਂ ਸੁਣੋ ਮੈਡਮ ਜੀ, ਮੈਂ ਦੇਖੋ ਥਾਣੇਦਾਰ ਨੂੰ ਰੁਪਈਏ ਵੀ ਖੁੱਲੇ ਦਿਲ ਨਾਲ ਦਿੱਤੇ, ਤੇ ਉਹੀ ਗੱਲ ਜਮਾ ਤਾਂ ਹੁਣ ਹੱਥ ਚੋਂ ਕਢਾ ਕੇ ਲੈ ਗਿਆ ਥਾਣੇਦਾਰ ਤੋਂ। ਹੋਇਆ ਕੀ, ਕੁੜੀ ਨੇ ਕੇਸ ਹੀ ਵਾਪਸ ਲੈ ਲਿਆ ਜੀ। ਐਵੇਂ ਕਿਵੇਂ ਕੇਸ ਵਾਪਸ ਲੈ ਲਿਆ? ਬਸ ਕਹਿੰਦੀ ਮੈਂ ਲੜਨਾ ਹੀ ਨਹੀਂ ਕੇਸ, ਮੇਰਾ ਕੇਸ ਵਾਪਸ ਦੇ ਦਿਓ, ਮੇਰਾ ਰਾਜੀ ਬੰਦਾ ਹੈ ਕਹਿੰਦੀ ਇਹਦੇ ਨਾਲ। ਫੱਦ ਹੋ ਗਈ, ਅਸੀਂ ਤਾਂ ਇੰਨੇ ਪੱਕੇ ਪੈਰੀ ਕੰਮ ਕਰੇ ਸੀ, ਤਾਂ ਵੀ ਕੱਚਾ ਰਹਿ ਗਿਆ ਕੰਮ। ਇਸੇ ਕਰਕੇ ਕਹਿੰਦਾ ਵੀ ਮੈਥੋਂ ਕੰਮ ਇਹ ਹੋ ਗਿਆ ਗਲਤ, ਤੇ ਤੁਸੀਂ ਉਹਨਾਂ ਨੂੰ ਕਹੋ ਜਲਦੀ ਆਉਣ, ਤੇ ਜਲਦੀ ਆ ਕੇ ਪ੍ਰਧਾਨ ਜੀ ਮੇਰੇ ਨਾਲ ਕੰਮ ਸਵਾਰਨ। ਇਹ ਮੈਂ ਉਹਨਾਂ ਨੂੰ ਤਾਂ ਕਹਿ ਦਾਂਗੀ, ਪਰ ਮੈਨੂੰ ਆਹ ਉਮੀਦ ਨਹੀਂ ਸੀ ਬਾਈ ਜੀ ਤੁਹਾਡੇ ਤੋਂ। ਇੱਕ ਕੰਮ ਦਿਆ ਸੀ ਚੰਨੀ ਨੇ, ਉਹ ਵੀ ਚੱਜ ਨਾਲ ਨਹੀਂ ਹੋਇਆ ਤੁਹਾਡੇ ਤੋਂ। ਖੈਰ ਮੈਂ ਮਾਫੀ ਮੰਗਦਾ ਜੀ, ਮੈਂ ਕੋਸ਼ਿਸ਼ ਤਾਂ ਬਥੇਰੀ ਕੀਤੀ ਸੀ ਮੈਡਮ, ਪਰ ਹੁਣ ਤੁਸੀਂ ਪ੍ਰਧਾਨ ਜੀ ਕੋਲੇ ਮਾੜਾ ਜਿਹਾ ਘੱਟ ਝੋਕਾ ਲਾਇਓ, ਕਿਤੇ ਮੇਰੇ ਉਹ ਖਿਲਾਫ ਨਾ ਹੋ ਜੇ। ਤੁਸੀਂ ਤਾਂ ਮੈਨੂੰ ਠੀਕ ਹੈ, ਤੁਹਾਡਾ ਸਿਰ ਮੱਥੇ ਹੈ, ਮੈਂ ਬਹੁਤ ਕੋਸ਼ਿਸ਼ ਕੀਤੀ ਸੀ, ਨਹੀਂ ਮੇਰੇ ਹਿਸਾਬ ਚ ਆਇਆ। ਚਲੋ ਹੁਣ ਤੁਸੀਂ ਇਹੀ ਬੇਨਤੀ ਹੈ, ਉਹਨਾਂ ਨੂੰ ਸੱਦੋ ਕਰਾਂਗੇ, ਕਿੰਨੇ ਚਿਰ ਨੂੰ ਆ ਜਾਣਗੇ। ਕੋਈ ਨਾ, ਹਜੇ ਕੇਸ ਹੀ ਵਾਪਸ ਲਿਆ, ਅੱਗੇ ਅੱਗੇ ਦੇਖਿਓ ਬਣਦਾ ਕੀ ਹੈ। ਮੈਡਮ ਹੈ ਹੌਸਲਾ ਦਿਓ, ਸਹੀ ਗੱਲ ਹੈ, ਤੁਸੀਂ ਕਿਹੜਾ ਪ੍ਰਧਾਨ ਨਾਲੋਂ ਘੱਟ ਹੋ ਜੀ। ਆਹ ਗੱਲ ਦੱਸੋ ਵੀ ਹਾਂ ਹਜੇ ਕੇਸ ਹੀ ਵਾਪਸ ਲਿਆ, ਹੋਰ ਕਿਹੜਾ ਕੰਮ ਮੁੱਕ ਗਏ? ਪਤਾ ਬਾਈ ਜੀ ਕੀ ਗੱਲ ਹੈ ਜੀ, ਅਸੀਂ ਬਿਲਕੁਲ ਪੱਕੀ ਤਿਆਰੀ ਨਾਲ ਸੀ, ਹੁਣ ਹੱਥ ਚੋਂ ਉਹਨੇ ਕੇਸ ਹੀ ਵਾਪਸ ਲੈ ਲਿਆ, ਹੁਣ ਕਰ ਵੀ ਕੀ ਸਕਦੇ ਆ, ਪੂਰਾ ਪੂਰਾ ਦਿਮਾਗ ਲਾਉਣਾ ਪੈਣਾ ਇਸ ਵਾਸਤੇ। ਹਾਂਜੀ, ਚਲੋ ਸਹਾ ਆਪਦੇ ਦਾਵ ਨੂੰ ਹੈ ਤੇ ਆਪਾਂ ਸ਼ਿਕਾਰੀ ਆਪਦੇ ਦਾਵ ਨੂੰ ਹੈ, ਕੋਈ ਗੱਲ ਨੀ, ਐ ਥੋੜੀ ਲੰਘਣ ਦਿੰਦੇ। ਪਰ ਤੁਸੀਂ, ਮੈਂ ਫਿਰ ਸ਼ਾਮ ਨੂੰ ਆਉਣਾ ਜੀ। ਹਾਂਜੀ ਕੋਈ ਨਾ, ਸ਼ਾਮ ਨੂੰ ਆ ਜਾਓ। ਠੀਕ ਹੈ ਜੀ, ਸੁਨੇਹਾ ਜ਼ਰੂਰ ਲਾ ਦਿਓ ਜਦੋਂ ਆ ਗਏ। ਹਾਂਜੀ ਹਾਂਜੀ ਕੋਈ ਨਹੀਂ। ਠੀਕ ਹੈ ਜੀ। ਕਿਹੋ ਜਿਹਾ ਬੰਦਾ ਕਿਹੋ ਜਿਹਾ ਨਹੀਂ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਇੱਕ ਕੰਮ ਚੰਨੀ ਨੇ ਦਿੱਤਾ ਸੀ ਉਹ ਵੀ ਚੱਜ ਨਾਲ ਨਹੀਂ ਹੋਇਆ, ਹੁਣ ਮੈਂ ਉਹਨਾਂ ਨੂੰ ਪਤਾ ਨਹੀਂ ਕੀ ਜਵਾਬ ਦੇਵਾਂਗੀ, ਸਾਰਾ ਗੁੱਸਾ ਮੇਰੇ ਤੇ ਨਾ ਲਾ ਦੇਣ ਉਹ। ਚੱਲ ਕੋਈ ਨਾ, ਔਖੇ ਸੌਖੇ ਮੈਂ ਸਮਝਾ ਦਾਂਗੀ ਵੀ ਹਜੇ ਕੇਸ ਹੀ ਵਾਪਸ ਲਿਆ, ਕਿੱਡੀ ਕੁ ਗੱਲ ਹੈ, ਟਾਈਮ ਹਜੇ ਬਥੇਰਾ ਪਿਆ ਆਪਣੇ ਕੋਲ, ਕੋਈ ਨਾ ਕੋਈ ਹੋਰ ਹੱਲ ਕਰਾਂਗੀ ਜ਼ਰੂਰ। ਮੈਡਮ ਜੀ ਆ ਬੈਠੇ ਹੈ, ਆ ਗਿਆ, ਕਿਵੇਂ? ਵਧੀਆ ਵਧੀਆ। ਕਿਆ ਕੰਮ ਵਧੀਆ ਚੱਲੀ ਜਾਂਦਾ? ਹਾਂਜੀ, ਆ ਕੀ ਹੈ? ਇਹ ਬੈਗ ਤੂੰ ਆ ਪਛਾਣ ਲਿਆ ਕਰਨਾ, ਇੰਨੇ ਸਾਰੇ ਪੈਸੇ? ਹਾਂ, ਮੰਤਰੀ ਨੇ ਭੇਜਿਆ। ਕਿਆ ਬਾਤ ਹੈ, ਤੁਸੀਂ ਰੁਕੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦੀ। ਉਹ ਚਾਹ ਦੀ ਮਾਰ ਗੋਲੀ।
ਚਾਹ ਚੂ ਕੁਛ ਨਹੀਂ ਪੀਣਾ। ਐ ਦੱਸ ਕਿੰਨੇ ਦਿਨ ਲੱਗ ਜਾਣਗੇ? ਕਾਹਦੇ? ਆਹ ਗਾਇਆ ਪਿਆ ਮੋਟਰ ਲੱਗੀ ਜਾਂਦੀ ਜਿਹੜੀ। ਲੱਗਣਗੇ ਹਜੇ 2 ਕੁ ਦਿਨ ਤਾਂ। ਮੇਰਾ ਤਾਂ ਮੂਡ ਹੀ ਖਰਾਬ ਹੋਇਆ ਪਿਆ। ਕੋਈ ਕੀ ਗੱਲ ਹੋ ਗਈ? ਬਾਈ ਜੀ ਆਏ ਸੀਗੇ। ਹਾਂ ਪੁੱਛਦੇ ਸੀ ਕਿੱਥੇ ਗਏ। ਮੈਂ ਕਿਹਾ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਊਗਾ, ਕਹਿੰਦੇ ਮੈਂ ਸ਼ਾਮ ਤੱਕ ਆਉਂਦਾ। ਤੇ ਗੱਲ ਉਹ ਇਹੋ ਜਿਹੀ ਕਰਕੇ ਗਏ ਨੇ, ਤੁਹਾਡੇ ਨਾਲ ਪੈਰਾਂ ਥੱਲੋਂ ਜ਼ਮੀਨ ਖਿਸਕ ਜੂਗੀ ਜੇ ਤੁਸੀਂ ਗੱਲ ਸੁਣੀ। ਦੱਸ ਸਰਪੰਚ ਨੂੰ ਹਜੇ ਤੱਕ ਜੇਲ੍ਹ ਨਹੀਂ ਭੇਜਿਆ ਤੇ ਰੀਤ ਨੇ ਆਪਣਾ ਕੇਸ ਵਾਪਸ ਲੈ ਲਿਆ। ਉਹ ਕਹਿੰਦੀ ਮੈਂ ਨਹੀਂ ਕੇਸ ਕਰਨਾ। ਕੇਸ ਵਾਪਸ ਲੈ ਲਿਆ? ਇਹ ਤਾਂ ਕੰਮ ਹੀ ਖਰਾਬ ਹੋ ਗਿਆ। ਉਹੀ ਤਾਂ ਗੱਲ ਹੈ, ਪੈਸੇ ਲੈ ਕੇ ਆਇਆ ਮੈਂ। ਉਹੀ ਤਾਂ ਗੱਲ ਹੈ, ਬਾਈ ਜੀ ਕਹਿੰਦੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਹੈ ਵੀ ਕੰਮ ਬਣ ਜੇ ਪਰ ਪਤਾ ਨਹੀਂ ਕੀ ਹੋਇਆ, ਕਿਵੇਂ ਕੀ ਉਹ ਛੁੱਟ ਕੇ ਆ ਗਿਆ ਸਰਪੰਚ। ਕਹਿੰਦੇ ਮੈਂ ਪੈਸੇ ਵੀ ਇੰਨੇ ਦੇ ਸੀ ਪੁਲਿਸ ਨੂੰ, ਇੱਕ ਕੰਮ ਕਿਹਾ ਸੀ ਉਹ ਨੀ ਚੱਜ ਨਾਲ ਹੋਇਆ। ਉਹ ਮੰਤਰੀ ਨੂੰ ਬਾਲੀ ਕਾਲੀ ਹੋ ਜਾਂਦੀ ਆ, ਮੈਂ 2 ਦਿਨ ਰੁਕ ਜਾ, ਮੈਨੂੰ ਕੰਮ ਨਿਬੇੜਿਆ ਉਹਦੇ। ਕਹਿੰਦਾ ਆ ਜਾ ਛੇਤੀ। ਚਲੋ ਹੁਣ ਆਹ ਕੰਮ ਵੀ ਤਾਂ ਜ਼ਰੂਰੀ ਸੀਗਾ, ਸਾਰਾ ਕੰਮ ਤਾਂ ਆਪਾਂ ਨੇ ਉਹਦੇ ਹੱਥ ਸੌਂਪਿਆ ਪਿਆ ਸੀ। ਉਹ ਜ਼ਰੂਰੀ ਕਿੱਥੇ ਸੀ, ਸਾਰਾ ਕੰਮ ਤਾਂ ਇਹ ਜ਼ਰੂਰੀ, ਜ਼ਮੀਨ ਚਾਹੀਦਾ, ਫੈਕਟਰੀ ਲਾਉਣੀ ਹੈ ਮੰਤਰੀ ਨੇ। ਹੁਣ ਫਿਰ ਤੂੰ ਮੇਰੀ ਜਾਨ ਨੂੰ ਸਿਆਪਾ ਹੋ ਗਿਆ, ਮੈਂ ਪੈਸੇ ਫੜ ਲਿਆ। ਉਹੀ ਤਾਂ ਗੱਲ ਹੈ, ਇਹ ਤਾਂ ਆਪਣਾ ਨਾ ਪੰਗਾ ਹੀ ਪੈ ਗਿਆ। ਹੋਰ ਦਿਮਾਗ ਕੀ ਲਾਈਏ, ਇੱਕੋ ਦਿਮਾਗ ਤਾਂ ਲੱਗਿਆ ਸੀ, ਉਹ ਵੀ ਉਹਨੇ ਕੇਸ ਵਾਪਸ ਲੈ ਲਿਆ। ਕੋਈ ਨਾ, ਵਾਪਸ ਲੈ ਲਿਆ ਫਿਰ ਕੀ ਹੋ ਗਿਆ, ਜ਼ਮੀਨ ਤੇ ਨਹੀਂ ਉਹਦੇ ਨਾਮ ਹੋਈ, ਕੋਈ ਗੱਲ। ਚਲੋ ਕੋਈ ਨਾ, ਤੁਸੀਂ ਟੈਨਸ਼ਨ ਨਾ ਲਓ, ਮੈਂ ਤੁਹਾਡੇ ਲਈ ਚਾਹ ਪਾਣੀ ਲਿਆਉਂਦੀ ਹਾਂ। ਆ ਪੈਸੇ ਉੱਥੇ ਰੱਖ ਦਾ ਅਲਮਾਰੀ ਚ। ਹਾਂ ਸਾਹਮਣੇ ਉਲਟ ਕੰਮ ਹੀ ਹੋ ਗਿਆ ਸਾਰਾ, ਕੀ ਕੀਤਾ ਯਾਰ। ਇਹ ਵਿਕਰਮ ਨੂੰ ਇੱਕ ਕੰਮ ਕਿਹਾ ਸੀ, ਉਹ ਵੀ ਨਹੀਂ ਹੋਇਆ, ਤੂੰ ਮੰਤਰੀ ਨੂੰ ਕੀ ਜਵਾਬ ਦਊਂਗਾ? ਉੱਥੇ ਨਾ ਫੜਾ ਮਾਰਿਆ ਆ, ਮੈਂ ਸਾਰੀ ਤੁਹਾਡੀ ਜ਼ਮੀਨ ਦੂਜੇ ਦਾ ਕੱਲ੍ਹ ਨੂੰ ਰਜਿਸਟਰੀ ਕਰਵਾ ਦੂੰਗਾ। ਚੱਲ ਕੋਈ ਗੱਲ ਨਹੀਂ, ਕੇਸ ਵਾਪਸ ਲੈ ਲਿਆ, ਕੋਈ ਗੱਲ ਨਹੀਂ, ਜ਼ਮੀਨ ਤਾਂ ਨਹੀਂ ਲੈਤੀ। ਉਹ ਵਿਕਰ, ਉਹ ਕੌਣ ਹੈ ਬਈ? ਆ ਜਾਓ। ਅੱਛਾ ਅੱਛਾ ਪ੍ਰਧਾਨ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆ ਜਾਓ, ਆਹ ਕੁਰਸੀ ਲੈ ਲਈ ਆਪਾਂ, ਬਹੁਤ ਵਧੀਆ ਟਾਈਮ ਨਾਲ ਆਏ, ਲੈ ਇੱਥੇ ਬਹਿ ਜਾਓ ਫਿਰ, ਹੈ ਨਾ। ਪ੍ਰਧਾਨ ਜੀ, ਤੁਸੀਂ ਤਾਂ ਉੱਥੇ ਚੰਡੀਗੜ੍ਹ ਨਾਲ ਜੀ ਲਾ ਕੇ ਬਹਿ ਗਏ, ਕਿਵੇਂ ਰਿਹਾ ਤੁਹਾਡਾ? ਸਾਰਾ ਕੁਛ ਠੀਕ ਰਿਹਾ। ਪਰ ਤੂੰ ਕੰਮ ਖਰਾਬ ਕਰਤਾ। ਕੰਮ ਖਰਾਬ? ਨਹੀਂ ਪ੍ਰਧਾਨ ਜੀ, ਖਰਾਬ ਤਾਂ ਹੋ ਗਿਆ ਪਰ ਇੰਨਾ ਵੀ ਨਹੀਂ ਹੋਇਆ। ਨਾਲੇ ਤੁਹਾਡੇ ਹੁੰਦੇ ਐਂ ਤਾਂ ਫਿਰ ਤਿਲਕਣਬਾਜ਼ੀ ਹੁੰਦੀ ਹੈ, ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਸੀ। ਥਾਣੇਦਾਰ ਨੂੰ ਰੁਪਈਏ ਦੇ ਕੇ ਆਇਆ, ਉਹਨੂੰ ਮੌਕੇ ਤੇ ਮੈਨੂੰ ਕਹਿੰਦਾ ਜਿੱਥੇ ਵੀ ਤੈਨੂੰ ਵੀ ਦੇਖਦਾ ਮੈਨੂੰ ਫੋਨ ਕਰੀ। ਮੈਂ ਰੀਤ ਕੋਲ ਗਿਆ ਤਾਂ ਉਹਨਾਂ ਦੇ ਘਰੇ ਬੈਠਾ, ਮੈਂ ਥਾਣੇਦਾਰ ਨੂੰ ਸਾਈਡ ਤੇ ਹੋ ਕੇ CID ਕੀਤੀ। ਮੈਂ ਖਾ ਜਾ, ਤੈਨੂੰ ਮੈਂ ਫੜਾਉਣਾ ਬੰਦਾ, ਜਮਾ ਮੇਰੇ ਕੋਲ ਆ, ਫਲਾਨੀ ਜਗ੍ਹਾ ਤੇ ਆ ਜਾ। ਜਦੋਂ ਉੱਥੇ ਥਾਣੇਦਾਰ ਆ ਗਿਆ, ਪਤਾ ਨਹੀਂ ਉਹਨੂੰ ਕੁੜੀ ਨੂੰ ਕੀ ਸੱਪ ਸੁੰਘ ਗਿਆ। ਸੌਰੀ ਨੇ ਸਾਰੀਆਂ ਗੱਲਾਂ ਕਰੀਆਂ ਕਰਾਈਆਂ, ਕਹਿੰਦੀ ਜੇ ਹੱਥ ਬੰਨ ਕੇ ਬੇਨਤੀ ਹੈ ਮੈਂ ਤਾਂ ਕੇਸ ਹੀ ਨਹੀਂ ਲੜਨਾ, ਮੇਰਾ ਤਾਂ ਕੇਸ ਵਾਪਸ ਕਰ ਦਿਓ। ਉਹ ਤੂੰ ਉਹਨਾਂ ਦੇ ਘਰੇ ਲੈਣ ਕੀ ਗਿਆ ਸੀ? ਲੈਣ ਤਾਂ ਮੈਂ ਇਹੀ ਗਿਆ ਸੀ, ਮੇਰਾ ਪਲਾਨਿੰਗ ਤਾਂ ਇਹ ਸੀ ਵੀ ਮੈਂ ਉੱਥੇ ਕੋਲੇ ਖੜ ਕੇ ਫੜਵਾ ਦੂੰ, ਨਾਲੇ ਮੈਂ ਕੋਲੇ ਖੜਾ ਹੂੰ, ਨਾਲੇ ਮੇਰੀ ਧੌਣ ਫੜਾ ਦੂੰ ਥਾਣੇਦਾਰ ਨੂੰ। ਮੈਂ ਤਾਂ ਆਪਦੀ ਬਹੁਤ ਆਪ ਜਾਣੇ ਰਾਜਨੀਤੀ ਖੇਡੀ ਸੀ, ਪਰ ਮੇਰਾ ਦਾ ਲੋਟ ਨਹੀਂ ਆਇਆ। ਕਿਉਂ? ਜਦੋਂ ਉਹਨੇ ਕੇਸ ਹੀ ਵਾਪਸ ਲੈ ਲਿਆ, ਹੁਣ ਦੱਸੋ ਲੜਾਈ ਕਾਹਦੀ ਰਹਿ ਗਈ? ਨਾਲ ਮੈਂ ਹੁਣ ਕਹਿ ਸਕਦਾ ਥਾਣੇਦਾਰ ਨੂੰ ਵੀ ਸਾਡੇ ਪੈਸੇ ਵਾਪਸ ਕਰ, ਉਹ ਵੀ ਨਹੀਂ ਕਹਿ ਸਕਦੇ ਭਲਾ। ਉਹ ਪੈਸੇ ਤੇ ਉਤਰੀ ਗੱਲ ਠੀਕ ਆ, ਉਹ ਸਰਪੰਚ ਨੂੰ ਘਰੋਂ ਚੁਕਵਾਉਣਾ ਸੀ।
ਮੁੜ ਉਹਨਾਂ ਦੇ ਮੱਥੇ ਲੱਗਣ ਹੀ ਨਹੀਂ ਦੇਣਾ ਸੀ ਤੂੰ। ਤੂੰ ਵੀ ਅਜੇ ਕੱਚਾ ਹੈ, ਤੂੰ ਵੀ ਕੱਚੀਆਂ ਗੋਲੀਆਂ ਖੇਡਦਾ। ਦੇਖ ਲਓ ਜੀ, ਮੈਂ ਤਾਂ ਆਪਦਿਆਂ ਨੇ ਬਹੁਤ ਪੱਕੀਆਂ ਗੋਲੀਆਂ ਖੇਡਣ ਦੀ ਸਕੀਮ ਸੀ ਵੀ ਨਾਲੇ ਮੈਂ ਇਹਨੂੰ ਰੀਤ ਦੇ ਘਰੋਂ ਹੀ ਚੁਕਾ ਦੂੰਗਾ। ਮੈਨੂੰ ਕੀ ਪਤਾ ਸੀ ਵੀ ਇਹ ਕੱਚੀਆਂ ਨੇ। ਉਹ ਰੀਤ ਦੇ ਘਰੇ ਪਤਾ ਤਾਂ ਉਹਨੇ ਮੈਨੂੰ ਕੀਤਾ ਹੈ, ਉਹ ਹੀ ਡਰ ਜਾਂਦੀ ਹੈ ਪੁਲਿਸ ਵਾਲੇ ਤੋਂ, ਨਾਲੇ ਸਰਪੰਚ ਤੋਂ ਵੀ ਡਰ ਕੇ। ਉਹ ਨਹੀਂ, ਚਲੋ ਹੁਣ ਆਪਾਂ ਉਹ ਤਾਂ ਸੱਪ ਲੰਘ ਗਿਆ, ਹੁਣ ਆਪਾਂ ਹੋਰ ਵੀ ਤਾਂ ਦਾਅ ਪੇਚੇ ਕਿਹੜਾ ਮੁੱਕ ਗਿਆ ਆਪਣੇ ਕੋਲ। ਉਹ ਦਾਅ ਪੇਚੇ ਨਹੀਂ, ਜ਼ਮੀਨ 'ਚ ਲੈਣੀ ਹੈ ਮੈਂ ਉਹਦੀ, ਔਰ ਮੰਤਰੀ ਦਾ ਫੋਨ ਆ ਗਿਆ ਫੈਕਟਰੀ ਲਾਉਣੀ ਆ ਉੱਥੇ। ਅੱਛਾ, ਪੰਗਾ ਡੰਡਾ ਐ ਦਿੱਤਾ ਮੰਤਰੀ ਨੇ। ਮੰਤਰੀ ਨੇ ਫੈਕਟਰੀ ਲਾਉਣੀ ਹੈ? ਹਾਂ, ਤੇ ਫਿਰ ਜ਼ਮੀਨ ਤੇ ਆਪਾਂ ਕਰ ਲੈਣੇ ਖੇਡ ਤਮਾਸਾ। ਮੈਂ ਹੀ ਕਹਿ ਦਿੰਦਾ ਵੀ ਵੇਚਣੀ ਆ ਜ਼ਮੀਨ ਕੇ ਹੋਰ ਨੂੰ ਵਿਕਾ ਦਈਏ ਕਿਸੇ ਨੂੰ। ਉਹ ਐ ਕਿੱਥੇ ਵੇਚਣ ਦੀ ਆ, ਉਹ ਬੁੜੀ ਜੀ ਉਹਨਾਂ ਦੀ ਪਾਲੀ ਤੇਜ਼ ਆ। ਕੋਈ ਗੱਲ ਨੀ, ਮੈਨੂੰ ਗੱਲ ਕਰਨੀ ਪਊ। ਤੇ ਇੱਕ ਗੱਲ ਹੋਰ, ਉਹ ਸਰਪੰਚ ਹੀ ਖੜਾ ਹੋਣਾ ਤੂੰ? ਮੈਂ ਸੋਡੇ ਨਾਲ ਹੀ, ਮੈਂ ਸਰਪੰਚ ਆ ਜੀ, ਮੈਨੂੰ ਤਾਂ ਲੋੜ ਹੀ ਨੀ। ਮੈਂ ਕਹਿੰਦਾ ਕਿ ਮੰਤਰੀ ਕਹਿੰਦਾ ਤੂੰ ਲੈ ਟਿਕਟ। ਉਹ ਮੰਤਰੀ, ਮੈਂ ਕਿਹਾ ਸਰਪੰਚੀ ਦੀ ਕੀ ਲੈਣ ਟਿਕਟ, ਮੈਨੂੰ MLA ਦੇ ਦੇਈ। ਉਹ ਕਹਿੰਦਾ ਕੋਈ ਗੱਲ ਨੀ, ਥੋੜੇ ਟਾਈਮ ਰਹਿ ਗਿਆ, ਤੂੰ ਦੁਬਾਰ ਵੋਟਾਂ ਤੂੰ ਖੜਾ ਹੋ ਜੀ। ਕਹਿੰਦਾ ਠੀਕ ਹੈ, ਤੇ ਮੈਂ MLA ਬਣ ਜੂੰਗਾ, ਹਾਂ ਤੂੰ ਸਰਪੰਚ। ਅੱਛਾ ਜੀ, ਹਾਂ ਇਹ ਗੱਲ ਹੋ ਗਈ? ਹਾਂ ਹੋ ਗਈ। ਵਾਹ, ਫਿਰ ਤਾਂ ਅੱਜ ਤਾਂ MLA ਸਾਹਿਬ ਕਿਹਾ ਕਰੀਏ ਤੁਹਾਨੂੰ ਜੀ। ਅੱਜ ਤਾਂ ਪ੍ਰਧਾਨ ਹੀ ਠੀਕ ਹੈ, ਮਾੜਾ ਲੋਕਾਂ ਨੂੰ ਪਤਾ ਨਾ ਲੱਗ ਜੇ। ਹਾਂ ਇਹ ਵੀ ਗੱਲ ਠੀਕ ਹੈ। ਹਾਂ ਚਲੋ, ਆਪਾਂ ਤਾਂ ਅੰਦਰ ਖਾਤੇ ਕਹਿ ਸਕਦੇ ਹਾਂ ਵੀ MLA ਸਾਹਿਬ, ਚੱਲ ਲੋਕਾਂ ਚ ਆਪਾਂ ਹਜੇ ਇਹ ਗੱਲ ਨਹੀਂ ਛੱਡਦੇ, ਤੁਸੀਂ ਉਧਰੋਂ ਪੱਕੀ ਹੋ ਗਈ ਗੱਲ ਹੈ। ਹਾਂ, ਫਿਰ ਆਪਾਂ ਨੂੰ 2 ਨੰਬਰ ਦੇ ਕੰਮ ਜੇ ਛੱਡਣੇ ਪੈਣਗੇ 2-3 ਮਹੀਨੇ, ਤਾਂ ਕਰਕੇ ਭਲਾ ਮਾਨਸ ਕਰ। ਹੁਣ ਮੈਂ ਕੰਮ ਤਾਂ ਹੀ ਤੇਥੋਂ ਕਰਾਉਂਦਾ ਪਿਆ, ਤੂੰ ਤਾਂ ਕੱਚੇ ਰਹਿ ਗਿਆ, ਹੁਣ ਮੈਨੂੰ ਆਪ ਨੂੰ ਕਰਨਾ ਪਊਗਾ। ਦੇਖ ਚੱਲੀਏ, ਹੁਣ ਤੂੰ ਕੰਮ ਨੂੰ ਹੱਥ ਪਾ, ਛੱਡ ਸਾਰੀਆਂ ਗੱਲਾਂ। ਤਿਲਕ ਤਿਲਕ ਕੀ ਬੰਦਾ ਖੜਾ ਹੁੰਦਾ ਹੈ, ਮੈਨੂੰ ਛੇਤੀ ਹਜੇ ਉਨਾ ਤਜਰਬਾ ਨਹੀਂ ਜਿੰਨਾ ਸੋਨੂੰ ਹੈ ਪ੍ਰਧਾਨ ਜੀ। ਚੱਲ ਕੋਈ ਗੱਲ ਨਹੀਂ, ਇੱਕ ਵਾਰੀ ਮੈਂ ਮਿਲ ਕੇ ਆਉਣਾ, ਕੁੜੀ ਕੀ ਕਹਿੰਦੀ ਹੈ, ਵੇਚਦੀ ਹੈ ਜ਼ਮੀਨ ਕਿ ਨਹੀਂ। ਜ਼ਮੀਨ ਤਾਂ ਲੈਣੀ ਹੈ, ਭਾਵੇਂ ਕਬਜ਼ਾ ਕਰਕੇ ਲੈਣਾ ਪਏ, ਭਾਵੇਂ ਲੈਣੀ ਪਊ, ਜ਼ਮੀਨ ਤਾਂ ਛੱਡਣੀ ਨਹੀਂ। ਠੀਕ ਹੈ ਪ੍ਰਧਾਨ ਜੀ, ਇਹੀ ਮੈਂ ਚਾਹੁੰਦਾ, ਪਰ ਤੁਸੀਂ ਦਾ ਪੇਚਾ ਮਾਰੋ ਜਿਵੇਂ ਮਰਜ਼ੀ, ਹੁਣ ਰੀਤ ਕੋਲੇ ਜਾ ਕੇ ਆਉਂਗੇ? ਹਾਂ ਜਾਣਾ ਪਊਗਾ, ਕੋ ਪ੍ਰੋਜੈਕਟ ਪਾਸ ਹੋਇਆ ਹੋਇਆ। ਠੀਕ ਹੈ, ਚਲੋ ਕਾਹਲੀ ਚ ਆਓ ਫਿਰ। ਹੋਰ ਪਹਿਲਾਂ ਦੱਸੋ, ਕੀ ਚਾਹ ਪੀਓਗੇ ਕਿ ਲੱਸੀ? ਕੁਛ ਨਹੀਂ ਪੀਣਾ। ਹਾਂ, ਜਿੰਨਾ ਚਿਰ ਜ਼ਮੀਨ ਨਹੀਂ ਮਿਲਦੀ ਨਾ, ਮੈਂ ਤਾਂ ਅੰਦਰ ਕੁਛ ਨਹੀਂ ਲੰਘਦਾ। ਚੱਲ ਠੀਕ ਆ। ਠੀਕ ਹੈ ਜੀ, ਬਿੱਕਰ ਸਾਹਿਬ ਧਿਆਨ ਰੱਖੀ। ਕੋਈ ਨਾ ਪ੍ਰਧਾਨ ਜੀ, ਚੰਗਾ ਜੀ। ਐਂ ਤਾਂ ਇਹ ਸੰਭਾਲ ਲੂ ਗੱਲ, ਬਾਕੀ ਸਿਰੇ ਤਜਰਬੇ ਤੋਂ ਬਿਨਾਂ ਗੱਲ ਵੀ ਨਹੀਂ ਬਣਦੀ। ਤੂੰ ਵੀ ਫਿਰ ਨਾ ਮਾੜੀ ਮੋਟੀ ਚਲਾਕੀ ਰੱਖਿਆ ਕਰ, ਮਨਾ ਇੰਨਾ ਨਰਮ ਨਾ ਰਿਹਾ ਕਰ। ਚੱਲ ਹੌਲੀ ਹੌਲੀ ਸਿੱਖ ਜਾਵਾਂਗੇ ਇਹਨਾਂ ਨਾਲ ਰਹਿ ਕੇ, ਬੰਦਾ ਤਜਰਬੇ ਵਾਲਾ। ਰੀਤ। ਹਾਂ ਬੇਬੇ। ਪ੍ਰਭ ਕਦੋਂ ਕੋ ਆਜੂਗਾ ਛੁੱਟੀ? ਪ੍ਰਭ ਤਾਂ ਬੇਬੇ 2 ਵਜੇ ਆਊਗਾ। ਕਿਉਂ, ਦਿਲ ਨਹੀਂ ਲੱਗਦਾ? ਹੋਰ, ਮੇਰੇ ਤੇ ਜੀ ਨਹੀਂ ਲੱਗਦਾ, ਗੱਲਾਂ ਵਾਲੀ ਕਰਦਾ ਨਾ। ਬਾਲਾ ਖਰਾਬ ਹੋ ਰਿਹਾ ਹੁਣ ਤਾਂ, ਚਮੜਾ ਤਾਂ ਤੁਸੀਂ ਪਰ ਬਹੁਤ ਜ਼ਿਆਦਾ ਉੱਥੇ ਰੱਖ ਕੇ। ਕਿਉਂ ਲੈ, ਹੋਰ ਹੁਣ ਡਰ ਨਹੀਂ ਹੈਗਾ ਉਹਨੂੰ ਜਮੀ? ਵੀ ਡਰਦਾ ਕਿ ਉਹਨੂੰ, ਬਥੇਰਾ ਸਿਆਣਾ ਗਾ, ਖੇਡਣ ਵਾਲ ਪਤਾਲੀ ਦੇਖੀ ਨੀ, ਅਖੇ ਡਰਦਾ ਨੀ ਬੇਬੇ। ਖੇਡਣ ਵਾਲ ਤਾਂ ਬਾਲਾ ਧਿਆਨ ਰਹਿੰਦਾ। ਪਰ ਕੀ ਹੁੰਦਾ ਜਵਾਬ ਖੇਡਦੇ ਹੁੰਦੇ ਆ, ਫਿਰ ਕੀ ਆ? ਉਹ ਬੇਬੇ ਖੇਡੀ ਤੇ ਜਾਵੇ, ਉਹਦਾ ਤਾਂ ਕੋਈ ਚੱਕਰ ਨੀ, ਜਿਹੜਾ ਮੇਰੇ ਮਨ ਚ ਡਰ ਆ ਨਾ, ਉਹ ਸਾਰੀ ਉਮਰ ਡਰ ਹੀ ਬਣ ਕੇ ਰਹੂਗਾ। ਕਿਵੇਂ, ਕਾਹਦਾ ਡਰ ਮੈਨੂੰ ਦੱਸ ਬੇਬੇ? ਤੈਨੂੰ ਪਤਾ ਨੀ ਹੈਗਾ ਚੰਨੀ ਦੇ ਸੁਭਾਅ ਦਾ ਕਿਹੋ ਜਿਹਾ। ਉਹ ਹਜੇ ਵੀ ਕੋਈ ਨਾ ਕੋਈ ਵਧੀਕੀ ਜ਼ਰੂਰ ਕਰੂਗਾ, ਇੱਥੇ ਪ੍ਰਭ ਨੂੰ ਲੈ ਤਾਂ ਆਂਦਾ, ਪਰ ਮੇਰੇ ਅੰਦਰਲਾ ਡਰ ਜਮਾ ਨਹੀਂ ਜਾਂਦਾ ਹੈਗਾ, ਕੋਈ ਪਤਾ ਨੀ ਉਹਦਾ ਕੀ ਕਰਦੇ। ਤੂੰ ਡਰਨਾ, ਮੈਂ ਬੈਠੀ ਆ ਨਾ, ਤੂੰ ਟੈਨਸ਼ਨ ਲੈਣ ਦੀ ਤੈਨੂੰ ਜਮਾ ਲੋੜ ਨੀ। ਬੇਬੇ ਤੂੰ ਤਾਂ ਪਹਿਲਾਂ ਵੀ ਬੈਠੀ ਸੀ। ਪੁੱਤ ਐਵੇਂ ਨਾ ਡਰ, ਤੇ ਮੈਂ ਹੈਗੀ ਆ, ਗੱਲ ਮੈਂ ਆਪੇ ਕਰ। ਬੇਬੇ ਆ ਜਾ ਪੁੱਤ, ਲੰਘਿਆ। ਸ਼ੈਤਾਨ ਨੂੰ ਯਾਦ ਕਰੇ, ਸ਼ੈਤਾਨ ਹਾਜ਼ਰ।
ਪੁੱਤ ਐਂ ਕਰ, ਆਹ ਕੁਰਸੀ ਇੱਧਰ ਨੂੰ ਕਰ ਦੇ। ਆ ਲੈ ਪੁੱਤ ਬਹਿ ਜਾ। ਬੇਬੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋਰ ਕਿਵੇਂ ਆਉਣੇ ਹੋ ਮੇਰੇ ਪੁੱਤ ਦੇ? ਸਤਿ ਸ੍ਰੀ ਅਕਾਲ ਗੀਤ ਜੀ। ਸਤਿ ਸ੍ਰੀ ਅਕਾਲ ਭਾਈ। ਦੇ ਬੇਬੇ ਗੱਲ ਸੁਣ ਲਾ ਤੂੰ ਮੇਰੀ। ਹਾਂ। ਕੰਮ ਤੁਸੀਂ ਗਲਤ ਕੀਤਾ। ਕਿਵੇਂ ਪੁੱਤ? ਪਰਚਾ ਜਿਹੜਾ ਵਾਪਸ ਲਿਆ ਤੁਸੀਂ, ਚਲੋ ਵੀ ਤੁਹਾਨੂੰ ਗਲਤੀ ਮੈਂ ਮਾਫ਼ੀ ਕਰਤੀ, ਮੈਂ ਤੁਹਾਡੇ ਕੋਲ ਹੋਰ ਕੰਮ ਆਇਆ। ਹਾਂ। ਨਾਲੇ ਤੁਹਾਡਾ ਫਾਇਦਾ ਆਜੂਗਾ, ਨਾਲੇ ਮੇਰਾ ਫਾਇਦਾ ਹੋਜੂਗਾ। ਕਿਵੇਂ? ਦੇ ਜ਼ਮੀਨ ਚਾਹੀਦੀ ਹੈ ਅਤੇ ਮੈਨੂੰ ਦਲਾਲੀ ਚਾਹੀਦੀ ਹੈ। ਅੱਛਾ। ਦੋ ਆਪਸ਼ਨ ਆ ਤੁਹਾਡੇ ਕੋਲ, ਇੱਕ ਤਾਂ ਜ਼ਮੀਨ ਡਬਲ ਹੋ ਜੂ ਤੁਹਾਡੀ, 3 ਕਿੱਲੇ ਆ ਅਤੇ 6 ਕਿੱਲੇ ਬਣ ਜੂਗੀ। ਅੱਛਾ। ਦੂਜੀ ਆਪਸ਼ਨ ਇਹ ਹੈ ਵੀ 30 ਲੱਖ ਕਿੱਲੇ ਨੂੰ। ਅੱਛਾ। 90 ਲੱਖ ਦੇ ਦੱਸ ਹੁਣ ਤੁਹਾਨੂੰ ਕੀ ਚਾਹੀਦਾ? ਕੋਈ ਨਹੀਂ ਪੁੱਤ, ਅਸੀਂ ਰਾਏ ਕਰ ਲਾਂਗੇ ਫਿਰ। ਬੇਬੇ ਰਾਏ ਕਰਨ ਵਾਲਾ ਟਾਈਮ ਲੰਘ ਗਿਆ, ਭਲੀ ਮਾਨਸੀ ਇਹ ਤੁਹਾਡੇ 'ਚ ਇਹੀ ਆ ਤਾਂ ਜ਼ਮੀਨ ਦੇ ਦਿਓ। ਦੇਖ ਚੰਨੀ, ਹਜੇ ਮੇਰਾ ਜਵਾਕ ਨਿਆਣਾ, ਆ ਜ਼ਮੀਨਾਂ ਦੇ ਖੇੜੇ ਤੂੰ ਹਜੇ ਵੀ ਨਹੀਂ ਛੱਡਦਾ, ਕਿੰਨਾ ਕੁਛ ਹੋ ਚੁੱਕਿਆ। ਉਹਦੇ ਬਾਰੇ ਤਾਂ ਮੈਂ ਸੋਚ ਰਿਹਾ ਵੀ ਡਬਲ ਜ਼ਮੀਨ ਹੋ ਜੇ, ਉਹ ਤੁਹਾਡਾ ਫਾਇਦਾ ਇਹਦੇ 'ਚ ਹੀ ਹੈ। ਉਹ ਡਬਲ ਜ਼ਮੀਨ ਲੈ ਲਓ, ਵਧੀਆ 6 ਕਿੱਲੇ ਬਣ ਜਾਣਗੇ, ਰਿਸ਼ਤਾ ਸੌਖਾ ਹੋ ਜੂਗਾ। ਚੱਲ ਠੀਕ ਹੈ ਪੁੱਤ, ਅਸੀਂ ਦੱਸਾਂਗੇ ਤੈਨੂੰ ਰਾਏ ਕਰਕੇ। ਉਹ ਬੇਬੇ ਉਹ ਰਾਏ ਕਿਤੇ ਨਾ ਕਰਨੀ ਹੈ, ਅਸੀਂ ਤਾਂ ਪੁੱਤ ਕਰਨੀ ਹੈ ਦੋਨਾਂ ਜਣੀਆਂ ਨੇ, ਤਾਂ ਹੁਣ ਕਰ ਲਓ। ਚੰਨੀ, ਘਰ ਦੀ 100 ਗੱਲ ਹੁੰਦੀ ਆ, ਹੁਣ ਹਰ ਇੱਕ ਸਾਹਮਣੇ ਤਾਂ ਗੱਲ ਕੀਤੀ ਨਹੀਂ ਜਾਂਦੀ। ਕੋਈ ਗੱਲ ਨਹੀਂ, ਤੈਨੂੰ ਸਲਾਹ ਕਰਕੇ ਦੱਸਾਂਗੇ। ਹੋਰ ਬੇਬੇ ਠੀਕ ਆ, ਫਾਇਦਾ ਤੁਹਾਡਾ ਇਹੀ ਰਹੂਗਾ ਅਤੇ ਜ਼ਮੀਨ ਵੇਚ ਦਿਓ, ਅਤੇ ਫਿਰ ਨਹੀਂ ਧੱਕੇ ਨਾਲ ਤਾਂ ਫਿਰ ਲੈ ਹੀ ਲੈਣੀ ਆ, ਉਹਦਾ ਕੀ ਫਾਇਦਾ, ਹੁਣ ਤੁਹਾਨੂੰ ਸਾਰਾ ਕੁਛ ਮਿਲ ਰਿਹਾ। ਪੁੱਤ ਫਿਰ ਇਹ ਤਾਂ ਧਮਕੀ ਦੇਣ ਆਇਆ ਤੂੰ। ਬੇਬੇ ਧਮਕੀ ਨਹੀਂ ਦਿੰਦਾ, ਤੇ ਹੋਰ ਕੀ, ਤੁਹਾਡੇ ਪਾਲੇ 'ਚ ਗੇਂਦ ਸੁੱਟ ਕੇ ਗਿਆ ਮੈਂ, ਹੁਣ ਤੁਹਾਡੀ ਮਰਜ਼ੀ ਹੈ। ਸਾਡੇ ਪਾਸੇ ਗੇਂਦ ਆ ਗਈ ਫਿਰ ਆਪਦੀ ਮਰਜ਼ੀ ਮੈਂ ਕਰੂੰਗਾ, ਹੁਣ ਤੁਹਾਡੀ ਮਰਜ਼ੀ ਹੈ। ਚੱਲ ਕੋਈ ਨਹੀਂ, ਸੀ ਸਲਾਹ ਕਰ ਬੇਬੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੇਖ ਲਾ ਇਹ ਖੜੇ ਨਹੀਂ ਛੱਡਦਾ ਹੈਗਾ ਆਪਣਾ। ਇਹ ਨਹੀਂ ਛੱਡਦਾ ਬੇਬੇ, ਇਹ ਤਾਂ ਜਿਵੇਂ ਜਮਦੂਤ ਹੁੰਦਾ ਨਾ ਉਵੇਂ ਚਿੰਬੜਦਾ, ਉਹੀ ਚੀਜ਼ ਹੈ ਤਾਂ ਬਸ। ਇਹ ਤਾਂ ਜੇ ਆਪਾਂ ਨੂੰ ਕੁਛ ਕਰਤਾ ਤੇ ਫਿਰ ਇਹ ਕਿਹੜਾ ਜਿਉਂਦਾ ਰਹੂਗਾ, ਜੇ ਆਪਾਂ ਨੂੰ ਕੁਛ ਕਰਤਾ ਇਹਨੇ, ਆਪਣੇ ਦਿਮਾਗ ਭੋਰਾ ਪਰ ਉਹਦਾ ਨਹੀਂ ਸੋਚਦਾ। ਇਹ ਜੇ ਮਲੰਗ ਬੰਦੇ ਕੁਛ ਨਹੀਂ ਕਰ ਸਕਦੇ ਹੁੰਦੇ, ਜੇ ਆਪਾਂ ਨੂੰ ਮਾਰ ਵੀ ਗਿਆ ਇਹਦਾ ਕੁਛ ਨਹੀਂ ਹੋਣਾ, ਉਹਦੀ ਆਜੂਗਾ ਜ਼ਮਾਨਤ ਤੇ, ਕਿਸੇ ਨੇ ਕੁਛ ਨਹੀਂ ਕਰਨਾ। ਆ ਹੁਣ ਤੱਕ ਐਂ ਫਿਰਦਾ, ਕਰਿਆ ਕਿਸੇ ਨੇ ਕੁਛ? ਪੁਲਿਸ ਵਾਲੇ ਵੀ ਇਹਦੇ ਨਾਲ ਦੇ ਨੇ, ਸਾਰੇ ਹੀ ਇਹਦੇ ਨਾਲ ਦੇ ਨੇ। ਪੈਸਾ ਦਿੰਦਾ, ਪੈਸਾ ਝੋਕਦਾ ਪਹਿਲਾਂ ਹੀ, ਇਹ ਤਾਂ ਸਿੱਧੇ ਜੇਬਾਂ 'ਚ ਪਾ ਕੇ ਰੱਖਦਾ, ਕੋਈ ਗਿੱਜਿਆਂ 'ਚ ਪਾ ਕੇ ਰੱਖਦਾ, ਉਹੀ ਗੱਲ ਹੀ ਹੈ, ਦਿਸਦਾ ਹੀ ਹੈ ਨਾ। ਇਹਦੀ ਤੀਵੀਂ ਸਮਝਾਉਂਦੀ ਹੈ, ਜੁੰਡੇ ਜੇ ਖਿਲਾਰ ਕੇ ਫਿਰਦੀ ਰਹਿੰਦੀ, ਉਹਨੂੰ ਐਂ ਸ਼ਰਮ ਨਹੀਂ ਆਉਂਦੀ ਵੀ ਲੋਕਾਂ ਦਾ ਹੱਕ ਖਾਂਦੇ ਹਾਂ ਅਸੀਂ, ਵੀ ਉਹਨੂੰ ਸਮਝਾ ਦਈਏ ਨਾ ਰੱਬੇ ਦੀ ਲੱਤ ਬਾਂਹ ਤੋੜਦਾ, ਜਿਹੜੇ ਹਿਸਾਬ ਨਾਲ ਇਹ ਲੋਕਾਂ ਨੂੰ ਤੰਗ ਕਰਦਾ। ਉਹ ਕਿਉਂ ਸਮਝਾਊ, ਬੈਗ ਭਰ ਤਾਂ ਪੈਸਿਆਂ ਦੇ ਜਾਂਦਾ ਘਰੇ, ਉਹ ਕਿਉਂ ਸਮਝਾਊਗੀ, ਉਹਨੂੰ ਤਾਂ ਫਾਇਦਾ ਹੀ ਹੈ, ਉਹ ਨਹੀਂ ਬੋਲਦੀ ਕੁਛ। ਉਹੀ ਤਾਂ ਗੱਲ ਆ ਬੇਬੇ, ਜਿਹਨੂੰ ਨਿੱਤ ਨਵੇਂ ਸ਼ਰਾਰੇ ਗਰਾਰੇ ਪਾਉਣ ਨੂੰ ਮਿਲਣ, ਉਹਨੇ ਕਿਉਂ ਬੋਲਣਾ? ਜਵਾਕ ਬਾਰੇ ਸੋਚਦੇ ਨੇ, ਲਾਦ ਨੀ ਮੁਰਾਦ ਨੀ ਹੈਗੀ, ਬੇਕਰ ਤੂੰ ਫੇਰ ਜਾਇਆ ਕਹਿੰਦਾ ਹੁੰਦਾ ਕਰੂਗਾ, ਉਹ ਜੇ ਭਰਨਗੇ ਫਿਰ ਆਪੇ ਭਰਨਗੇ। ਬੇਬੇ ਮੈਨੂੰ ਤਾਂ ਪ੍ਰਭ ਦੀ ਸੋਚ ਹੋਈ ਜਾਂਦੀ, ਬੇਬੇ ਤੂੰ ਲਿਆ ਅੱਜ ਉਹਨੂੰ ਸਕੂਲੋਂ। ਮੈਂ ਲਿਆਵਾਂ? ਹੋਰ ਤੂੰ ਲਿਆਈ ਜਾ ਕੇ, ਹੱਸਾ ਪਿਆ ਟਾਈਮ। ਹਾਂ ਕੋਈ ਨੀ ਮੈਂ ਲਿਆਉਂਗੀ। ਚੱਲ 12 ਵਜੇ ਨੇ। ਅੱਛਾ 12 ਵਜੇ ਕਿਆ ਵਜੇ ਆਉਂਦਾ? 2 ਵਜੇ 2 ਵਜੇ ਆਉਂਦਾ। ਕੋਈ ਨੀ ਮੈਂ ਲੈ ਆਉਂਗੀ, ਹੌਲੀ ਹੌਲੀ ਤੁਰੀ ਜਾਊਂਗੀ, ਪਹਿਲੇ ਹੀ ਤੁਰ। ਤੂੰ ਕਹਿੰਦੇ ਨੇ ਬੇਬੇ ਟੈਨਸ਼ਨ ਨਾ ਲਿਆ ਕਰਾ, ਟੈਨਸ਼ਨ ਨਾ ਕਿੱਥੇ ਮੁੱਕਣ ਦਿੰਦਾ ਇਹ ਬੋਨਾ ਜਾ। ਕਿੱਥੇ, ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨੇ ਤਾਂ ਆਉਣੀ ਕੀ ਸੀ, ਮੈਨੂੰ ਰਾਤ ਨੂੰ ਵੀ ਨਹੀਂ ਨੀਂਦ ਆਉਂਦੀ, ਆਈ ਟੈਨਸ਼ਨ ਨਾਲ ਹੀ ਮਰੀ ਪਈ ਆ ਮੈਂ ਤਾਂ। ਹੋਰ ਬੇਬੇ, ਇੰਨੀ ਮਹਿੰਗੀ ਤਾਂ ਮੇਰੀ ਦਵਾਈ ਆਉਂਦੀ ਆ, ਹਫ਼ਤੇ ਦੀ 1500 ਦੀ ਆਉਂਦੀ ਆ, ਇਹਨੇ ਮਾਰ। ਐਡੀ ਡੂੰਘੀ ਬਿਮਾਰੀ ਨਹੀਂ ਮੈਨੂੰ ਆਈ ਵੀ ਮੈਨੂੰ ਕੋਈ ਟੀਬੀ ਆ ਜਾਂ ਮੈਂ ਕੋਈ ਕੈਂਸਰ ਹੈ, ਹੈਂ, ਮੈਨੂੰ ਤਾਂ ਆਹ ਟੈਨਸ਼ਨ ਉਹਨੇ ਲੈ ਲਿਆ ਪੁੱਤ, ਕੀ ਕਰਾਂ,
ਇਹੀ ਸੋਚ ਕੇ ਮੈਂ ਕਹਿੰਦੀ ਮੈਂ ਤਾਂ ਤੇਰਾ ਵਿਆਹ ਹੀ ਕਰ ਦੂੰਗੀ। ਬੇਬੇ ਮੈਨੂੰ ਤਾਂ ਆਪ ਐਂ ਲੱਗਦਾ ਵੀ ਕਰਾਉਣਾ ਹੀ ਪੈਣਾ ਜਿਹੜੇ ਦੇ ਢੰਗ ਨੇ। ਉਹੀ ਤਾਂ ਗੱਲ ਹੈਗੀ, ਸਿਰ ਤੇ ਸਾਈ ਹੋਵੇ ਨਾ ਦੂਜਾ ਕੋਈ ਕੁਛ ਨਹੀਂ ਕਰ ਸਕਦਾ ਹੈਗਾ। ਸਹੀ ਗੱਲ ਹੈ ਬੇਬੇ। ਹਾਂ ਨਹੀਂ ਅਗਲਾ ਦੇਖ ਲੈਂਦੇ ਵੀ ਇਕੱਲੀਆਂ ਨੇ, ਬੀੜੀ ਲੈਣ ਵਾਲਾ ਤਾਂ ਆਜੂਗਾ, ਬਰਾਬਰ ਡਾਂਗ ਚੱਕਣ ਵਾਲਾ ਤਾਂ ਆਊਗਾ। ਮੈਂ ਐਂ ਹੀ ਕਹਿਣੀ ਆ ਕੋਈ ਫੇਰ ਕੰਮ ਲੋਟ ਆਊਗਾ, ਇਹੋ ਜਿਹੇ ਫੇਰ ਹੀ ਮਗਰੋਂ ਲੈਣਗੇ ਫਿਰ ਨਾਲੇ, ਫੇਰ ਦੇ ਕੇ ਦੇਖਣ ਧਮਕੀਆਂ ਜਿਵੇਂ ਹੁਣ ਦੇ ਜਾਂਦਾ। ਕਰਦੇ ਆ ਬੇਬੇ, ਇਹਦਾ ਤਾਂ ਕੋਈ ਹੱਲ ਕੋਈ ਨਾ, ਕਰਨਾ ਪਊਗਾ। ਸੋਚੀ ਜਾਂਦੀ ਆ ਇਸੇ ਦੇ ਹੱਲ ਕਰੂੰਗੀ ਹੁਣ ਮੈਂ, ਕੋਈ ਸੋਚ ਲੈਣ ਦੇ ਮਾੜੀ ਜੀ ਕੋਈ ਸਕੀਮ। ਚੱਲ ਠੀਕ ਹੈ, ਕਰੀਏ ਕੰਮ ਧੰਦਾ। ਬੁਲਬੁਲ ਹਾਂਜੀ, ਪਾਣੀ ਲੈ ਲੈਂਦਾ ਗਲਾਸ ਇੱਕ, ਲਿਆਉਣੀ ਆ ਗਏ ਤੁਸੀਂ? ਹਾਂ ਹਾਂ ਆ ਜਾ। ਬੜਾ ਟਾਈਮ ਲਾਤਾ, ਟਾਈਮ ਤੇ ਲੱਗ ਹੀ ਜਾਂਦਾ। ਚੱਲ ਆ ਤਾਂ ਵਧੀਆ ਹੋਇਆ, ਮੌਕਾ ਵਧੀਆ ਸਮਝ ਗਿਆ। ਆਲੋ ਜੀ ਪਾਣੀ, ਕੀ ਕੱਲੇ ਗੱਲਾਂ ਕਰੀ ਜਾਂਦੇ ਹੋ ਤੁਸੀਂ? ਉਹ ਖੁਸ਼ਖਬਰੀ ਆ, ਪਹਿਲੇ ਪਾਣੀ ਪੀਓ ਤੁਸੀਂ, ਫਿਰ ਖੁਸ਼ਖਬਰੀ ਵੀ ਸੁਣ ਲੈਂਦੇ ਆ। ਇਸ ਵਾਰ ਤਾਂ ਉਂਗਲ ਟਿੱਡੀ ਨਹੀਂ ਕਰਨੀ ਪਈ, ਸਿੱਧੀ ਨਾਲ ਘਿਓ ਨਿਕਲਿਆ। ਮਤਲਬ ਕੰਮ ਬਣ ਗਿਆ ਆਪਣਾ? ਹਾਂ ਕੰਮ ਬਣ ਗਿਆ, ਮੈਂ ਗਿਆ ਸੀ, ਪਹਿਲਾਂ ਤਾਂ ਮੈਂ ਵਿਕਰ ਕੋਲ ਗਿਆ ਸੀ, ਉਦੋਂ ਬਾਅਦ ਰੀਤ ਕੋਲ ਗਿਆ ਸੀ। ਪਹਿਲਾਂ ਮੈਂ ਉਹਨੂੰ ਕਿਹਾ ਬਈ ਦੱਸੋ ਦੋ ਆਪਸ਼ਨ ਆ ਤੁਹਾਡੇ ਕੋਲ, ਡਬਲ ਕਰਨੀ ਹੈ ਜ਼ਮੀਨ ਕਿ ਜਾਂ ਪੈਸੇ ਲੈਣੇ, ਉਦੋਂ ਸਾਨੂੰ ਡਬਲ ਕਰ ਦੇ। ਅਤੇ ਮੈਂ ਚੱਲ ਠੀਕ ਹੈ, ਮੰਨ ਗਈ ਉਹ। ਹਾਂ ਬਾਅਦ 'ਚ ਫੋਨ ਆ ਗਿਆ ਸੀ। ਅੱਛਾ ਚਲੋ, ਇਹ ਤਾਂ ਬਹੁਤ ਵਧੀਆ ਗੱਲ ਹੋਈ, ਉਹੀ ਤੁਸੀਂ ਵੀ ਟੈਨਸ਼ਨ ਲੈ ਕੇ ਬੈਠੇ ਸੀਗੇ। ਉਹ ਟੈਨਸ਼ਨ ਲੈਣੀ ਪੈਂਦੀ ਆ, ਜਿੰਨਾ ਚਿਰ ਰਜਿਸਟਰੀ ਨਹੀਂ ਹੁੰਦੀ ਨਾ ਉਨਾ ਚਿਰ ਟੈਨਸ਼ਨ ਹੀ ਹੈ। ਹੋਰ ਇਹਦਾ ਕੀ ਪਤਾ, ਇਹ ਤਾਂ ਕੱਲ ਨੂੰ ਫੇਰ ਮੁੱਕਰ ਜੇ, ਇਹਦਾ ਕੋਈ ਨਹੀਂ ਪਤਾ ਛਿਪਕਲੀ ਇਹਦਾ। ਉਹ ਨਹੀਂ ਮੁੱਕਰਨ ਦਿੰਦੇ, ਹੁਣ ਨਹੀਂ ਮੁੱਕਰਨ ਦਾ ਮੈਂ, ਬਿਰਾ ਨੰਗ ਹੈ, ਪਹਿਲਾਂ ਕਿਹੜਾ ਮੁੱਕਰਨ ਮੁੱਕਰਨ ਦਾ। ਫਿਰ ਤੁਸੀਂ ਸਰਪੰਚ ਨਾਲ ਗੱਲ ਕਰੀ ਆ? ਸਰਪੰਚ ਨਾਲ? ਸਰਪੰਚ ਨਾਲ ਮੈਂ ਕੀ ਕਰਨੀ ਗੱਲ, ਕੀ ਪਤਾ ਉਹਦੇ ਵੱਲ ਦੀ ਹੋਵੇ, ਉਹੀ ਕਹਿ ਤਾਂ ਹੋਊਗਾ, ਉਹਦੇ ਕੋਲ ਪੱਕਾ ਜਾਊਗੀ ਉਹ, ਮੈਨੂੰ ਪੂਰਾ ਵਿਸ਼ਵਾਸ ਹੈ। ਹੋ ਨਹੀਂ ਜਾਂਦੀ। ਚਲੋ ਇਹ ਤਾਂ ਬਹੁਤ ਵਧੀਆ ਗੱਲ ਹੋਈ, ਪਰ ਮੈਨੂੰ ਇੱਕ ਗੱਲ ਦਾ ਨਾ ਹਜੇ ਵੀ ਝੋਰਾ ਖਾਈ ਜਾਂਦਾ ਵੀ ਉਹ, ਮੈਂ ਵਿਸ਼ਵਾਸ ਨਹੀਂ ਕਰਦੀ ਉਹ ਜਨਾਨੀ ਤੇ। ਇੰਨਾ ਵਿਸ਼ਵਾਸ ਨਾ ਕਰੋ, ਬਹੁਤ ਚਲਾਕ ਜਨਾਨੀ ਆ, ਕਿਤੇ ਨਾ ਕਿਤੇ ਜਾ ਕੇ ਉਹ ਤੁਹਾਨੂੰ ਧੋਖਾ ਜ਼ਰੂਰ ਦਊਗੀ। ਕੋਈ ਗੱਲ ਨਹੀਂ, ਜੇ ਧੋਖਾ ਦਊਗੀ ਨਾ ਮੈਂ ਆਪੇ ਸੰਭਾਲ ਲੂੰਗਾ, ਉਹ ਪਹਿਲਾਂ ਵਾਲਾ ਚੰਨੀ ਦੇ ਰਿਹਾ, ਹੁਣ ਬਦਲ ਗਿਆ ਇਹ। ਅੱਛਾ ਜੀ, ਮੇਰੇ ਲਈ ਵੀ ਬਦਲ ਗਏ? ਉਹ ਤੇਰੇ ਲਈ ਕਿੱਥੇ ਬਦਲੂੰਗਾ, ਉਹ ਮੰਤਰੀ ਦਾ ਹੱਥ ਆ ਜੋ ਆਪਣੇ ਸਿਰ ਤੇ। ਉਹੀ ਤਾਂ ਗੱਲ ਆ, ਮੰਤਰੀ ਕਹਿੰਦਾ ਤੂੰ ਸਰਪੰਚ ਬਣਨਾ ਕਿ MLA, ਮੈਂ ਛੋਟੀ ਮੋਟੀ ਨਹੀਂ ਬਣਨਾ, ਆਪਾਂ ਤਾਂ MLA ਬਣਾਂਗੇ, ਮੈਂ ਸਰਪੰਚ ਤੇ ਵਿਕਰ ਨੂੰ ਬਣਾਵਾਂਗੇ ਆਪਾਂ। ਹਾਂ ਫਿਰ ਆਪਾਂ ਤਾਂ ਫਿਰ ਲੋਕਾਂ ਨੂੰ ਵੱਡੀ ਪਾਰਟੀ ਦੇਵਾਂਗੇ। ਹਾਂ ਪਾਰਟੀ ਠੀਕ ਹੈ, ਸੰਗਰੂਰ ਜਿਹੜਾ ਨਵਾਂ ਹੋਟਲ ਖੁੱਲਿਆ ਆਪਾਂ ਉੱਥੇ ਪਾਰਟੀ ਦੇਵਾਂਗੇ, ਦੇਖਿਓ ਫਿਰ ਟੋਰ ਬਣਦੀ। ਉਹ ਜਿੱਥੇ ਮਰਜ਼ੀ ਕਹਿ ਦੀ ਉੱਥੇ ਪਾਰਟੀ ਦੇਣੇ, ਆਪਾਂ ਕੋਲ ਪੈਸਿਆਂ ਦੀ ਕਮੀ ਆ, ਅਗਲਾਈ ਨਹੀਂ ਮੁੱਕਦੇ ਆਪਾਂ ਦੇ। ਉਹੀ ਤਾਂ ਗੱਲ ਹੈ, ਚਲੋ ਮੈਂ ਫਿਰ ਰੋਟੀ ਬਣਾ ਦਾ, ਖਾ ਲਓ ਚੁੱਪ ਕਰਕੇ ਤੇ ਆਰਾਮ ਕਰ ਲਓ, ਬਹੁਤ ਗੇੜੇ ਲੱਗ ਗਏ ਤੁਹਾਡੇ। ਚਲ ਗੱਲ ਤੇ ਸੋਚਣ ਵਾਲੀ ਆ ਵੀ ਇੰਨੀ ਛੇਤੀ ਕਿਵੇਂ ਮੰਨ ਗਈ, ਪਹਿਲਾਂ ਜ਼ਮੀਨ ਦਿੰਦੀ ਨਹੀਂ ਪਈ ਸੀ, ਹੁਣ ਇੱਕਦਮ ਕਿਵੇਂ ਕਹਿਤਾ ਵੀ ਵੇਚਣੀ ਆ, ਗੱਲਬਾਤ ਨਾ ਹੋਵੇ। ਚੱਲ ਕੋਈ ਨਹੀਂ, ਜੇ ਗੱਲਬਾਤ ਬਣ ਗਈ ਨਾ ਐਤਕੀ ਨਹੀਂ ਛੱਡਦਾ ਸੁੱਕਾ, ਐਤਕੀ ਤਾਂ ਮਾਰੂੰਗਾ। ਸਬਜ਼ੀ ਕਾਹਦੀ ਬਣਾਏਗੀ ਅੱਜ? ਬੇਬੇ ਲਸਣ ਛਿੱਲੀ ਜਾਂਦੀ ਆ, ਬਸ ਦੱਸ ਤੂੰ ਕੀ ਖਾਣਾ ਉਹੀ ਬਣਾ ਲਾਂਗੇ। ਮੈਂ ਤਾਂ ਐਂ ਕਹਿੰਦੀ ਅੱਜ ਅੰਬਰਤੀ ਬਣਾ ਲੈਂਦੀ, ਮੈਨੂੰ ਬਾਹਲੀ ਵਧੀਆ ਲੱਗਦੀ। ਚੱਲ ਚੰਗਾ, ਕੜੀ ਬਣਾ ਲਾਂਗੇ ਕੋਈ ਨਾ। ਕੱਲ ਵੇਖ ਕਿੰਨੀ ਵਧੀਆ ਬਣਾਈ ਸੀ, ਉਹੋ ਜਿਹੀ ਬਣਾਈ ਅੱਜ ਫੇਰ, ਅਜੇ ਕੱਲ ਖਾ ਕੇ ਉਹ ਜੀ ਨਹੀਂ ਅੱਕਿਆ, ਆਈ ਨਹੀਂ ਕਹਦਾ ਬਾਬਾ ਸਾਰੀ ਖਾਵਾਂ। ਬੇਬੇ ਆ ਜਾ ਪੁੱਤ ਲੰਘਿਆ।
ਹੋਰ ਕਿਵੇਂ ਪੁੱਤ? ਠੀਕ ਆ, ਵਧੀਆ, ਤੁਸੀਂ ਦੱਸੋ? ਆ ਕੁਰਸੀ ਕਰ ਲਓ। ਸਤਿ ਸ਼੍ਰੀ ਅਕਾਲ ਭਾਈ। ਹੋਰ ਦੱਸੋ, ਪਾਣੀ ਦੇਈਏ? ਕਾਹੇ ਲੋੜ ਨਹੀਂ। ਤੂੰ ਦੱਸ ਪਹਿਲਾਂ ਕੁੜ ਕੇ, ਜਿੱਥੇ ਬਿਨਾਂ ਬਿਨਾਂ ਸਰਪੰਚ ਨੂੰ ਸਰਪੰਚ ਕਹਿ ਦਿੰਦੀਆਂ, ਉੱਤੋਂ ਜਦੋਂ ਕੋਈ ਸੌਦੇ ਕਰਨੇ ਜ਼ਮੀਨਾਂ ਦੇ ਜਾਂ ਕੁਛ ਹੋਰ ਕਰਨਾ, ਉਦੋਂ ਪੁੱਛਣਾ ਵੀ ਨਹੀਂ ਕਿਸੇ ਨੂੰ। ਬਹੁਤ ਕਿਤੇ ਨੇ ਮਾਰ ਦਿੰਦੀਆਂ, ਚੱਕ ਭਾਈ ਵੀ ਵੇਚ ਕੇ ਇੱਥੋਂ ਐਂ ਭੱਜੀ ਜਾ ਕੇ। ਉਹ ਕਹਿੰਦੀਆਂ ਮੈਂ ਕਿਹੜਾ ਤੁਹਾਡੇ ਪੈਸੇ ਕੋਈ ਖੋਣ ਲੱਗਾਂਗਾ, ਵੀ ਖੋਲੂੰਗਾ, ਮਾੜਾ ਮੋਟਾ ਬੰਦਾ ਰਾਏ ਤਾਂ ਲੈ ਸਕਦਾ ਗਾ। ਚੱਲ ਪਹਿਲਾਂ ਵੀ ਤੁਸੀਂ ਮੈਥੋਂ ਰਾਏ ਨਹੀਂ ਲੈਤੀ, ਬਾਅਦ 'ਚ ਜਦੋਂ ਕੋਈ ਫਾਨਾ ਲੱਗ ਜਾਂਦਾ, ਮੁੜ ਕੇ ਤੁਹਾਡੇ ਕੋਈ ਸਰਪੰਚ ਜ਼ਿਆਦਾ ਆ ਜਾਂਦਾ। ਸਹੀ ਗੱਲ, ਤੁਹਾਡੇ ਕੋਲ ਗੱਲ ਪਹੁੰਚ ਗਈ ਇਹਦਾ ਮਤਲਬ ਹੈ। ਪਹਿਲਾਂ ਦੱਸੋ, ਕੋਈ ਪਿੰਡ 'ਚ ਕੰਮ ਹੋਵੇ ਸਰਪੰਚ ਨੂੰ ਪਤਾ ਨਹੀਂ ਲੱਗਦਾ ਹੁੰਦਾ? ਪਤਾ ਕਿਵੇਂ ਨਾ ਲੱਗੇ? ਬਸ ਸਾਰੀਆਂ ਗੱਲਾਂ ਛੱਡੋ ਤੁਸੀਂ, ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਵੀ ਤੁਸੀਂ ਉਹ ਜ਼ਮੀਨ ਨਾ ਵੇਚੋ। ਪੁੱਤ ਹੁਣ ਤਾਂ ਜਵਾਨ ਹੋ ਗਈ। ਮੈਂ ਤਾਂ ਤੁਹਾਨੂੰ ਹਜੇ ਵੀ ਕਹਿਣਾ ਗਾ, ਅੱਗੇ ਭਾਈ ਤੁਹਾਡੀ ਮਰਜ਼ੀ ਆ। ਐਵੇਂ ਕਹਿੰਦੇ ਸੀ ਮਾਂ ਅੰਕਲ ਵੀ ਤੇਰਾ ਤਾਂ ਮੈਂ ਕਿਤੇ ਦੇਖ ਚੰਗਾ ਮਾੜਾ ਕਰਕੇ ਲੱਭ ਕੇ ਵਿਆਹ ਕਰ ਦੂੰਗੀ, ਵੀ ਇੱਥੋਂ ਆਪਾਂ ਵੇਚ ਵੱਟ ਕੇ ਸਾਰਾ ਵੀ ਪ੍ਰਭ ਨੂੰ ਮੈਂ ਲੈ ਜੂੰਗਾ ਉਹਦੇ ਨਾਲ ਮੇਰੇ ਦੋਤੇ ਨੂੰ, ਤੇ ਚੱਲ ਇਹਦਾ ਇਹਦਾ ਮੈਨੂੰ ਫਿਕਰ ਹੈ। ਇਹਦਾ ਸਿਰ ਤੇ ਸਾਈ ਹੁੰਦਾ ਨਾ, ਜੇ ਸਿਰ ਤੇ ਸਾਈ ਹੁੰਦਾ ਦੂਜਾ ਅੱਖ ਨੀ ਉਹ ਕਰਦਾ ਹੈਗਾ, ਬਰਾਬਰ ਦਾ ਜੀਣਾ ਹੁੰਦਾ ਵੀ ਇਹ ਫਿਰਦਾ ਘਣੋਈ ਗਿਆ, ਤੇ ਨਹੀਂ ਅਗਲੇ ਦੀ ਅੱਖ ਹੁੰਦੀ ਵੀ ਇਹ ਵਿਧਵਾ ਹੈ, ਉਮਰ ਵੀ ਕੀ ਹੈ ਇਹਦੀ, ਕੱਲ ਦੀ ਜਵਾਕੜੀ ਹੈ। ਹੁਣੇ ਕਿਸੇ ਬੰਦੇ ਕੋਲ ਗੱਲ ਕਰੀ ਹੋਊਗੀ, ਹਾਂ ਆਪਣੇ ਸਰਦਾਰ ਨੇ ਚੰਨੀ ਨੇ, ਹਾਂ ਉੱਥੋਂ ਮੈਨੂੰ ਪਤਾ ਲੱਗ ਗਿਆ, ਗਾਹਾਂ ਦੱਸਣਾ ਜੇ ਗਾਹਾਂ ਦੱਸ ਦਿੰਦੇ, ਕਿਉਂ ਸਾਡੇ ਉੱਧਰ ਉੱਧਰ ਬੰਦੇ ਹੁੰਦੇ ਆ, ਤੈਨੂੰ ਦੱਸਿਆ ਵੀ 30 ਲੱਖ ਦੀ ਗੱਲ ਹੋਈ ਹੈ, 30 ਲੱਖ ਕੁਛ ਵੀ ਦਿੱਤੀ ਹੈ। ਮੈਂ ਤੈਨੂੰ ਇੱਕ ਮੋਟੀ ਗੱਲ ਦੱਸ ਦੇਣਾ, ਉਸ ਸਾਰੀਆਂ ਗੱਲਾਂ ਅਸੀਂ ਦੱਸ ਦਿੰਦੇ ਹੁੰਦੇ, ਪਿਛਲੀ ਗੱਲ ਨੀ ਦੱਸ ਸਕਦਾ, ਬਸ ਮੇਰੀ ਵੀ ਮਜਬੂਰੀ ਆ। ਅੱਗੇ ਭਾਈ ਤੁਹਾਡੀ ਮਰਜ਼ੀ ਰਹੇਗੀ। ਉਹ ਤਾਂ ਸੀ ਅੰਕਲ ਜੀ, ਹੁਣ ਕੱਲ ਨੂੰ ਭਰਾ ਵੱਡਾ ਹੋਊਗਾ, ਚੱਲ ਹੁਣ 3 ਕਿੱਲੇ ਨੇ, ਉਹ ਕਹਿੰਦਾ ਸੀ ਮੈਂ 6 ਕਿੱਲੇ ਦੇ ਦੂਗਾ, ਬਸ ਉਹ ਵੀ ਲਾਲਚ ਆ ਗਈ ਵੀ 6 ਕਿੱਲੇ ਬਣ ਜਾਣਗੇ ਜਵਾਕ ਦੇ, ਹੋਰ ਆਪਾਂ ਨੂੰ ਕੀ ਚਾਹੀਦਾ, ਵੀ ਦੁੱਗਣੀ ਹੋ ਜੂਗੀ। ਹਾਂ ਵੀ ਡਬਲ। ਤੂੰ ਐਂ ਦੱਸ ਇਸੇ ਜਵਾਨ ਤੇ ਰਹਿਣਾ ਕਿਵੇਂ ਕਰਨਾ? ਜੇ ਜਵਾਨ ਤੋਂ ਅਸੀਂ ਭੱਜਾਂਗੇ, ਉਹਦਾ ਪਤਾ ਹੀ ਹੈ ਚੰਨੀ ਦਾ ਤੁਹਾਨੂੰ, ਫਿਰ ਸਾਨੂੰ ਤਾਂ ਉਹੀ ਗੱਲ, ਡਰ ਤਾਂ ਲੱਗਦਾ ਹੀ, ਕਹਿੰਦੀ ਕਿਹਦੇ ਤੇ ਗੋਲੀ ਆ ਕੇ ਕਰਦੇ ਸਿੱਧੀ, ਮੈਂ ਕਹਿੰਦੀ ਉਹਦੀ ਚੱਕ ਲੈਂਦਾ ਪਿਸਤੌਲ ਜਾਹੋ। ਜੇ ਇੰਨੀ ਕੀਮਤ ਵੱਧਦੀ ਆ ਫਿਰ ਐਤਕੀ ਵਾਹਣ ਆਪਾਂ ਹੋਰ ਛੱਡ ਦਿੰਦੇ ਹਾਂ, ਜਿਹਦਾ ਰੇਟ ਵਧੂਗਾ ਉਦੋਂ ਵੇਚਦੇ, ਵੀ ਅਗਲੇ ਸਾਲ ਦੇ ਦਈਏ ਨਾ। ਬੇਬੇ ਉਹ ਤਾਂ ਤੇਰੀ ਗੱਲ ਠੀਕ ਆ, ਛੋਟੀ ਚੀਜ਼ ਆ ਵੇਚੋ ਤੇ ਰੱਖੋ, ਮੈਂ ਕਹਿੰਦਾ ਨੀ ਐਵੇਂ ਬਾਹਲੀਆਂ ਗੱਲਾਂ ਦਾ ਕੀ ਫਾਇਦਾ, ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਤੁਹਾਡੇ ਕੋਲ ਤਾਂ ਆਇਆ ਸੀਗਾ, ਚੱਲ ਕਹਿੰਦੇ ਹੁੰਦੇ ਮੋਹ ਪ੍ਰੇਮ ਲਾ ਲਾ ਕਿਵੇਂ ਲਾ ਲਾ, ਵਿਚਾਰੇ ਇਕੱਲੀ ਹੈਗੀ ਤੇ ਬਾਕੀ ਸਿਰੇ ਮੈਂ ਸਮਝਾਉਣ ਦਿਆਂ ਮੇਰਾ ਫਿਰ ਵੀ ਫਰਜ਼ ਆ, ਪਰ ਤੁਹਾਡੀ ਜ਼ਮੀਨ ਨਾ ਮਹਿੰਗੀ ਵਿਕੋਗੀ, ਅੱਗੇ ਭਾਈ ਤੁਹਾਡੀ ਰਹਿ ਗਈ ਮਰਜ਼ੀ, ਘੱਟੋ ਘੱਟ 3-4 ਕਰੋੜ ਦਾ ਰੱਖ ਜਾ ਕੇ ਰੇਟ ਹੋਊਗਾ, ਅੱਗੇ ਭਾਈ ਤੁਹਾਡੀ ਮਰਜ਼ੀ ਆ, ਜੇ ਐਵੇਂ ਡਰੀ ਜਾਣਾ ਤੂੰ ਤਾਂ ਡਰੀ ਜਾਓ, ਬਾਹਲੀਆਂ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂ। ਚੱਲ ਠੀਕ ਹੈ ਪੁੱਤ, ਤੂੰ ਉਹ ਆਦਾ ਸੋਚ ਲਈ, ਮੈਂ ਤੁਹਾਨੂੰ ਵਾਰੀ ਵਾਰੀ ਕਹੂੰਗਾ, ਤੁਹਾਨੂੰ ਆਇਆ ਕੁਛ ਪੈਣ ਨੂੰ ਕੋਈ ਲਾਲਚ ਆ, ਮੈਨੂੰ ਕੀ ਲਾਲਚ ਆ, ਛੋਟੀ ਚੀਜ਼ ਆ ਭਾਈ, ਭਾਵੇਂ 15 ਨੂੰ ਵੇਚੋ ਭਾਵੇਂ 20 ਨੂੰ ਵੇਚੋ, ਤੁਸੀਂ ਤਾਂ ਚੰਗੀ ਗੱਲ ਸੀਗੀ, ਮੈਂ ਤੁਹਾਨੂੰ ਦੱਸਦੀ ਪਿਆ, ਚੰਗੀ ਗੱਲ ਹੀ ਕਹੀ ਹੈ ਤੂੰ ਤਾਂ ਪੁੱਤ। ਠੀਕ ਹੈ ਪੁੱਤ, ਠੀਕ ਹੈ ਅੰਕਲ ਜੀ, ਵਾਲੀ ਗੱਲ ਰਹਿ ਗਈ ਰਿਸ਼ਤੇ ਦੀ, ਕਹਿੰਦੇ ਸੀਗੇ ਕੋਈ ਗੱਲ ਨੀ ਜੇ ਰਿਸ਼ਤਾ ਰੁਸ਼ਤਾ ਲੈਣਾ ਹੋਏ ਨਾ, ਮਾੜਾ ਇਹ ਵੀ ਦੱਸ ਕੇ ਲਿਆਓ, ਆਪਾਂ ਬੰਦਾ ਚੱਜ ਦਾ ਭਾੜ ਲਾਂਗੇ, ਇਹ ਤਾਂ ਪੁੱਤ ਆਪਾਂ ਕਰਨਾ ਹੀ ਕਰਨਾ ਹੈ।
ਦਿਮਾਗ ਤੇ ਟੈਨਸ਼ਨ ਪਈ ਪਈ ਵੀ ਕਿਹਦੀ ਗੱਲ ਮੰਨੀ ਆਪਾਂ, ਪਤਾ ਹੀ ਨੀ ਲੱਗਦਾ ਹੈਗਾ ਕੀ ਤਾਂ ਕਰੀਏ ਕੀ ਨਾ ਕਰੀਏ, ਟੈਨਸ਼ਨ ਬਣ ਗਈ ਮੇਰੇ ਤਾਂ ਸਮਾਗ ਦਿਮਾਗ ਤੇ ਇਹ ਕਰੂ ਕੰਮ ਖਰਾਬ, ਹੱਦ ਹੋ ਗਈ ਯਾਰ, ਇਹਨਾਂ ਦੇ ਘਰੇ ਕਿਵੇਂ ਫਿਰਦਾ? ਲੈ ਦੱਸ ਐ ਕਰ, ਇੱਥੇ ਵਾਪਸ ਮੁੜਾ, ਆਪਾਂ ਚੱਲਦੇ ਹਾਂ ਪ੍ਰਧਾਨ ਕੋਲ, ਉਹਦੇ ਨਾਲ ਕਰਦੇ ਹਾਂ ਗੱਲ, ਇਹਨਾਂ ਦੇ ਘਰੇ ਫਿਰਦਾ ਤਾਂ ਆਪਣਾ ਕੰਮ ਪੱਟਤਾ ਸਮਝ ਲੈ। ਪ੍ਰਧਾਨ ਜੀ ਆਏ, ਬੈਡ ਵਿਕਰਾ ਆ ਗਿਆ। ਅੱਛਾ ਆ ਜਾਓ। ਹੋਰ ਵਿਕਰਾ ਕਿਵੇਂ? ਠੀਕ ਹੈ, ਵਧੀਆ। ਪ੍ਰਧਾਨ ਜੀ ਹੋਰ ਦੱਸੋ ਕਿਵੇਂ, ਠੀਕ ਹੋ? ਮੈਂ ਤੇ ਵਧੀਆ, ਅੱਜ ਕਿਵੇਂ ਗੇੜਾ ਮਾਰਿਆ? ਤੂੰ ਗੇੜਾ ਮਾਰਿਆ ਨਾ ਪੁੱਛ, ਅੱਜ ਤਾਂ ਮੇਰੇ ਦਿਮਾਗ ਤੇ ਹੋਰ ਵੀ ਬੋਝ ਪੈ ਗਿਆ। ਬੋਝ ਪੈ ਗਿਆ? ਹਾਂ, ਜਦੋਂ ਮੈਂ ਜਾ ਰਿਹਾ ਸੀਗਾ ਆਪਣੇ ਪਿੰਡ 'ਚ ਜਾਂਦਾ ਸੀ ਮੈਂ, ਤੇ ਰੀਤ ਦੇ ਘਰੋਂ ਨਿਕਲਿਆ ਚਰਨਾ ਸਰਪੰਚ। ਘਰੋਂ ਨਿਕਲਿਆ? ਹਾਂ। ਉਹ ਫੇਰ ਕਹਿੰਦਾ ਆਈ ਜਾਂਦਾ ਰਹਿੰਦਾ ਬੰਦਾ, ਫੇਰ ਕੀ ਹੁੰਦਾ? ਇਹਨਾਂ ਦੀ ਕੋਈ ਇਤਬਾਰੀ ਨਹੀਂ ਹੁੰਦੀ, ਦੇਖੋ ਜਵਾਕ ਹੋਇਆ ਪਸ਼ੂ ਹੋਇਆ, ਇਹ ਗੱਡੀ ਵੇਖ ਕੇ ਚਲਾਉਣੀ ਪੈਂਦੀ ਹੈ, ਤੇ ਜਨਾਨੀ ਹੋਈ, ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਮੂੰਹ ਪਮਾ ਲੈਂਦੇ ਨੇ। ਇਹਨਾਂ ਤੋਂ ਬਚ ਬਚ ਕੇ ਰਹਿਣਾ ਚਾਹੀਦਾ ਤੇ ਇਹਨਾਂ ਦੀ ਤਵਾਰੀ ਨਹੀਂ ਕਰਨੀ ਚਾਹੀਦੀ। ਪ੍ਰਧਾਨ ਜੀ ਤੇਰੀ ਗੱਲ ਠੀਕ ਆ, ਆਪਣਾ ਸੌਦਾ ਹੋ ਗਿਆ ਨਾ, ਬਸ ਆਪਾਂ ਪੈਸੇ ਦੇਣੇ ਆ, ਕੱਲ ਨੂੰ ਰਜਿਸਟਰੀ ਕਰਾਉਣੀ ਆ। ਸੌਦਾ ਹੋ ਗਿਆ? ਹਾਂ ਹਾਂ। ਸਾਈ ਫੜਾਤੀ? ਸਾਈ ਨਹੀਂ ਫੜਾਈ, ਉਹ ਗੱਲ ਫੋਨ ਕੀਤਾ ਸੀ ਮੈਨੂੰ ਉਹਨੇ, ਰੀਤ ਨੇ ਕਿਹਾ ਅਸੀਂ ਵੇਚ ਦਾਂਗੇ। ਮੈਂ ਕੋਈ ਗੱਲ ਨਹੀਂ, ਕੱਲ ਨੂੰ ਪੈਸੇ ਲੈ ਕੇ ਆਊਂਗਾ ਤੇ ਰਜਿਸਟਰੀ ਕਰਾ ਦੇ ਕੱਲ ਨੂੰ। ਚਲੋ ਇਹ ਤਾਂ ਪ੍ਰਧਾਨ ਜੀ ਤੁਹਾਡੀ ਗੱਲ ਮੈਂ ਮੰਨਦਾ ਵੀ ਸੌਦਾ ਹੋ ਗਿਆ, ਪਰ ਜਿਹੜੇ ਚਰਨੇ ਦੇ ਪੈਰ ਸੀ ਨਾ, ਉਹ ਦੱਸਦੇ ਸੀ ਵੀ ਉਹ ਬੈਵਤ ਕਰ ਗਿਆ ਹੋਊ ਕੋਈ ਨਾ ਕੋਈ, ਮੈਨੂੰ ਤਾਂ ਨਹੀਂ ਲੱਗਦਾ ਵੀ ਉਹਨਾਂ ਨੂੰ ਟੇਕਣ ਦਿਊ ਉਹ। ਗੱਲ ਤਾਂ ਤੇਰੀ ਸਹੀ ਹੈ ਵੀ ਗੱਡੀ ਚਲਾਉਣ ਵੇਲੇ ਧਿਆਨ ਰੱਖਣਾ ਚਾਹੀਦਾ, ਜਨਾਨੀ ਹੋਈ ਤੇ ਪਸ਼ੂ ਹੋਇਆ ਤੇ ਬੱਚਾ ਹੋਇਆ, ਇੰਨਾ ਯਕੀਨ ਨਹੀਂ ਕਰਨਾ ਚਾਹੀਦਾ। ਇਹੀ ਗੱਲ ਕਹਿਣਾ, ਚਰਨਾ ਨਿਕਲਿਆ ਉਹਨਾਂ ਦੇ ਅੰਦਰੋਂ ਜਦੋਂ ਤੁਰਦਾ ਸੀ ਨਾ, ਉਹਦਾ ਚਿਹਰਾ ਦੱਸਦਾ ਸੀ ਵੀ ਇਹ ਕੀ ਕਰਕੇ ਆਇਆ ਉਹਨਾਂ ਦੇ ਘਰੇ। ਯਾਰ ਯਕੀਨ ਤਾਂ ਮੈਨੂੰ ਵੀ ਹੈ ਨੀ, ਕਦੋਂ ਬਦਲ ਜੇ ਉਹ। ਹਾਂ ਪਹਿਲਾਂ ਵੀ ਦੋ ਤਿੰਨ ਵਾਰੀ ਬਦਲ ਗਈ ਆ। ਫਿਰ ਐਂ ਕਰ, ਜੇ ਸੌਦਾ ਹੋ ਗਿਆ ਨਾ, ਹੁਣ ਤੂੰ ਪੈਸਿਆਂ ਦੇ ਜਿੱਥੇ 8 ਦਿਨਾਂ ਦਾ ਕਿਹਾ ਉੱਥੇ 4 ਦਿਨਾਂ 'ਚ ਹੀ ਦਿਓ। ਉਹ ਪੈਸੇ ਤਾਂ ਸਾਰੇ ਹੀ ਆਪਾਂ ਕੋਲੇ, ਮੰਤਰੀ ਨੂੰ ਦੇ ਜੀ ਪੈਸੇ। ਫਿਰ ਘੌਲ ਕਾਹਦੀ ਹੈ ਜੀ, ਫਿਰ ਤਾਂ ਕਬਜ਼ਾ ਕਰੋ। ਤਹਿਸੀਲਦਾਰ ਨੂੰ ਫੋਨ ਕਰਨਾ ਪਊਗਾ, ਉਹ ਛੁੱਟੀ ਦੇ ਨਾ ਤਹਿਸੀਲਦਾਰ ਨੂੰ। ਚੱਲ ਮੈਂ ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲਾ, ਮੈਂ ਜਾ ਕੇ ਆਉਣਾ ਉਹਨਾਂ ਕੋਲ ਵੀ ਕੀ ਗੱਲਬਾਤ ਹੈ, ਮੈਂ ਪੈਸੇ ਦੇ ਹੀ ਆਉਣਾ ਉਹਨਾਂ ਨੂੰ। ਮੈਂ ਇਹੀ ਕਹਿਣਾ ਵੀ ਕਿਤੇ ਇਹ ਮਿਸ ਪੜਾਕਾ ਕਿਤੇ ਇਹੀ ਨਾ ਚੱਲ ਜੇ। ਉਹ ਐਂ ਕਿਵੇਂ ਚੱਲ ਜੂਗਾ, ਜੇ ਪੈਸੇ ਨਾ ਮੰਨ ਗਏ ਠੀਕ ਹੈ, ਹਾਂ ਦੂਜੇ ਲੋਟ ਤਾਂ ਮੈਂ ਮਨਾ ਹੀ ਲੈਣੇ ਆ। ਅੱਛਾ ਹਾਂ, ਫਿਰ ਦੂਜਾ ਦਾ ਵੀ ਹੈਗਾ ਤੁਹਾਡੇ ਕੋਲੇ? ਹਾਂ, ਮੰਤਰੀ ਦਾ ਹੱਥ ਹੈ, ਮੰਤਰੀ ਕਹਿੰਦਾ ਕੁਛ ਮਰਜ਼ੀ ਹੋ ਜੇ, ਉਹ ਮੰਤਰੀ ਨੇ ਕਿਹਾ ਉਹ ਸਿੱਧੀ ਅੰਗਲ ਨਾਲ ਮਿਲਦੀ ਹੈ ਠੀਕ ਹੈ, ਨਹੀਂ ਟੇਢੀ ਕਰ ਲਈ, ਮੈਨੂੰ ਜ਼ਮੀਨ ਚਾਹੀਦੀ ਹੈ, ਜੇ ਜ਼ਮੀਨ ਨਾ ਮਿਲੀ ਨਾ
ਤੇ ਮੈਥੋਂ ਬੁਰਾ ਕੋਈ ਨਹੀਂ। ਹੁਣ ਤਾਂ ਮੈਂ ਵੀ ਸਮਝਦਾ ਪ੍ਰਧਾਨ ਜੀ, ਜਿਹੜੇ ਹਿਸਾਬ ਨਾਲ ਤੁਹਾਡੀ ਆਵਾਜ਼ ਆ ਰਹੀ ਹੈ ਵੀ ਮੇਰੇ ਨਾਲ ਤਾਂ ਦਿਮਾਗ ਤੇ ਤੁਹਾਡੇ ਬੋਝ ਜ਼ਿਆਦੇ ਹੈ, ਨਾਲ ਤੁਹਾਨੂੰ ਇਹ ਵੀ ਅਸੀਂ ਕਬਜ਼ਾ ਵੀ ਕਰ ਲਾਂਗੇ ਜ਼ਮੀਨ ਤੇ। ਹਾਂ ਬਸ ਫਿਰ ਕਬਜ਼ਾ ਕਰਨਾ ਆਪਾਂ ਕਿਵੇਂ ਮਰਜ਼ੀ ਕਰੋ। ਉਹ ਮੈਂ ਕਹਿੰਦਾ ਗਰੀਬ ਮਾਰ ਕਿਉਂ ਕਰਨੇ ਆ, ਪੈਸੇ ਮੰਤਰੀ ਨੂੰ ਦੇਣੇ, ਆਪਾਂ ਬਾਬਾ ਖੱਟ ਲਈਏ। ਠੀਕ ਹੈ ਤਾਂ ਕਰਕੇ ਫਿਰ ਉਹਨਾਂ ਨੂੰ ਕੀ ਹੋਰ ਚਾਹੀਦਾ ਹੈ, ਜਿੱਥੇ ਉਹ 5 ਲੱਖ ਦੀ ਹੈ ਉੱਥੇ ਆਪਾਂ 8 ਲੱਖ ਵੀ ਦੇ ਸਕਦੇ ਹਾਂ। ਉਹ 30 ਲੱਖ ਦਾ ਸੌਦਾ ਹੋਇਆ ਮੰਨ ਕੇ ਚੱਲੋ, ਗੱਲ ਕਹਿਣ ਦਾ ਭਾਵ ਹੈ ਇਹ ਤਾਂ 10-20 ਹੈ, ਜਿੱਥੇ 10 ਲੱਖ ਦੀ ਉੱਥੇ ਆਪਾਂ 15 ਵੀ ਦੇ ਦਿਆਂਗੇ। ਹਾਂ 30 ਦਾ ਕਰਕੇ ਆ ਸੌਦਾ ਉਹਨਾਂ। ਠੀਕ ਹੈ ਠੀਕ ਹੈ ਠੀਕ ਹੈ, ਫਿਰ ਵੱਢ ਜੂੜ ਕੋਈ ਨਾ, ਫਿਰ ਮੈਂ ਜਾਣਾ। ਹਾਂ ਤੂੰ ਕਰ ਕੰਮ ਆਉਂਦਾ। ਠੀਕ ਹੈ ਮੈਂ ਹੁਣੇ ਕਰਦਾ। ਬਸ ਕਬਜ਼ਾ ਹੋਣਾ ਚਾਹੀਦਾ ਪ੍ਰਧਾਨ ਜੀ ਆਪਣਾ, ਕਬਜ਼ਾ ਤਾਂ ਹੋ ਗਿਆ। ਬਸ ਠੀਕ ਹੈ। ਚਾਰ ਸਰਪੰਚ ਨਾ, ਸਰਪੰਚ ਦਾ ਕੰਡਾ ਕੱਢਣਾ ਉਹ ਇਹ ਆਈ ਵਾਰੀ ਨਾ ਵਿਚਾਲੇ ਲੱਕ ਡਾਉਂਦਾ ਵੀ ਤੈਨੂੰ ਕੀ ਮਿਲਦਾ ਵਿੱਚ। ਆ ਇਹਨੂੰ ਪਤਾ ਲੱਗ ਗਿਆ ਉਹ ਵੀ ਕਰੋੜਾਂ ਦੀ ਜ਼ਮੀਨ ਆ ਅਤੇ ਲੱਖਾਂ 'ਚ ਰਹੀ ਜਾਂਦਾ ਇਹ। ਚੱਲ ਕੋਈ ਗੱਲ ਨਹੀਂ ਕਰਦਾ ਹੱਲ। ਬੇਬੇ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਲਿਆ ਪੈਸੇ। ਹੋਰ ਬੇਬੇ ਮੈਂ ਕੱਲ੍ਹ ਨੂੰ ਕਿਹਨੇ ਦੇਖੀ, ਕੱਲ੍ਹ ਤਾਂ ਰਹਿ ਜਾਂਦੀ ਵਿੱਚ, ਮੈਂ ਅੱਜ ਹੀ ਸਹੀ ਆ ਚੱਕ ਪੈਸੇ ਪੂਰੇ ਦੇ ਪੂਰੇ 90 ਲੱਖ ਹੈ। ਘੱਟ ਨਾ ਹੁਣ ਬੇਬੇ, 10-20 ਹਜ਼ਾਰ ਵੱਧ ਹੀ ਹੋਊਗਾ, ਘੱਟ ਨਹੀਂ ਹੋਣਾ। ਚੱਲ ਵਧੀਆ। ਰੀਤ ਆ ਰਿਹਾ ਬੇਬੇ, ਆਹ ਤਾਂ ਫੈਸਲਾ ਤੂੰ ਬਹੁਤ ਵਧੀਆ ਕੀਤਾ, ਹੋਰ ਤੇਰਾ ਦੋਤਾ ਸੁਖੀ ਰਹੂਗਾ। ਪੈਸੇ ਗਣ ਲਾ ਪੈਸੇ। ਹਾਂ ਆਪਾਂ ਸੌਦਾ ਹੋਇਆ ਸੀ 90 ਲੱਖ 'ਚ, ਆ ਚੱਕੋ ਗਿਣ ਲਾ। ਗਿਣ ਲਓ। ਕੋਈ ਨਾ ਬੇਬੇ, ਇਹਨਾਂ ਪੈਸਿਆਂ ਦੀ ਹੁਣ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ। ਦੇਖ ਭਾਈ ਮੈਂ ਜ਼ਮੀਨ ਨਹੀਂ ਵੇਚਣੀ, ਹੁਣ ਜਵਾਨ ਤੇ ਨਹੀਂ ਰਹਿਣਾ ਆਪਾਂ, ਜਵਾਨ ਤੇ ਰਹਿਣਾ ਲੱਗੂਗਾ। ਬੇਬੇ ਬਥੇਰੇ ਲੋਕ ਮਿੰਟ ਮਿੰਟ ਤੇ ਬਦਲਦੇ ਨੇ, ਜਵਾਨ ਅੱਜ ਕੱਲ੍ਹ ਕਿਸੇ ਦੀ ਨਹੀਂ ਹੈਗੀ। ਆ ਲੈ ਜਾ ਆਪਦੇ ਪੈਸੇ। ਬੇਬੇ ਇਹਨੂੰ ਸਮਝਾ ਦੇ ਕੀ ਬੋਲਦੀ ਹੈ ਇਹ। ਗਿਣ ਲਾ ਪੁੱਤ ਜੋ ਜਵਾਨ ਹੋ ਗਈ। ਬੇਬੇ ਤੈਨੂੰ ਕਿਹਾ ਨਾ ਵੀ ਕੋਈ ਲੋੜ ਨਹੀਂ ਹੈਗੀ ਜਵਾਨ ਦੀ, ਇਹਦੀ ਆਪਦੀ ਕਿਹੜਾ ਕੋਈ ਜਵਾਨ ਆ। ਜਾ ਲੈ ਜਾ ਭਾਈ ਆਪਦੇ ਪੈਸੇ ਦੇ, ਮੈਂ ਜ਼ਮੀਨ ਨਹੀਂ ਵੇਚਦੀ। ਨਹੀਂ ਮੇਰਾ ਦੋਤਾ ਮੌਜਾਂ ਕਰੂਗਾ। ਬੇਬੇ ਕੋਈ ਨਾ, ਉਹ ਵੀ ਤੇਰਾ ਦੋਤਾ ਮੌਜਾਂ ਹੀ ਕਰਦਾ, ਤੈਨੂੰ ਸੋਚ ਕਰਨ ਦੀ ਕੋਈ ਲੋੜ ਨਹੀਂ। ਸਾਰਾ ਕੁਝ ਪਹੁੰਚਾਉਂਦੀ ਸੀ ਨਾ ਜਦੋਂ ਉੱਥੇ ਰਹਿੰਦਾ ਸੀ, ਤੇ ਹੁਣ ਵੀ ਇੱਥੇ ਐਸ਼ ਕਰਦਾ, ਉਹਨੂੰ ਕੋਈ ਲੋੜ ਨਹੀਂ। ਘਰੇ ਆਈ ਲਾਸ਼ ਵੀ ਮੋੜੀ ਦੀ ਨਹੀਂ ਹੁੰਦੀ, ਹੁਣ ਤਾਂ ਮੈਂ ਪੈਸੇ ਦੇ ਰਿਹਾ, ਬਾਅਦ 'ਚ ਫ੍ਰੀ 'ਚ ਮਿਲੂਗੀ, ਮੈਨੂੰ ਜ਼ਮੀਨ ਦੇਖ ਲੈ। ਮੰਤਰੀ ਦਾ ਫੋਨ ਆਇਆ ਹੋਇਆ। ਕੋਈ ਨਾ ਚੰਨੀ, ਸਾਨੂੰ ਜ਼ਮੀਨ ਫ੍ਰੀ 'ਚ ਦੇਣੀ ਮਨਜ਼ੂਰ, ਪਰ ਮੈਂ ਜ਼ਮੀਨ ਵੇਚਦੀ ਨਹੀਂ ਹੈਗੀ। ਬੇਬੇ ਲੱਗਦਾ ਸਰਪੰਚ ਆਇਆ, ਉਹੀ ਥੋੜਾ ਪਾ ਕੇ ਗਿਆ ਦੇ ਲੱਗਦਾ। ਬਾਹਲੀਆਂ ਗੱਲਾਂ ਨਹੀਂ ਮਾਰਨ ਦੀ ਲੋੜ ਨਹੀਂ, ਆ ਚੱਕ ਕਰਦਾ ਵੈ ਜੇ ਤੇ ਚੱਲਦਾ ਵਣ, ਸੁਣ ਗਿਆ। ਉਹ ਤਾਂ ਮੈਂ ਬਾਗੀ ਜਾਣਾ, ਉਹ ਤੁਹਾਡੇ ਪੈਸੇ ਹਾਜ਼ਮ ਨਹੀਂ ਆਉਂਦੇ, ਇਹ ਕੁੱਤਿਆਂ ਦੇ ਚੌਲ ਕਿੱਥੇ ਹਾਜ਼ਮ ਆਉਂਦੇ ਆ, ਉਹ ਗੱਲ ਤੁਹਾਡੀ ਆ। ਮੈਂ ਕੁੱਤਾ ਤਾਂ ਤੂੰ ਆ ਜਿਹੜਾ ਦਰ ਦਰ ਭੌਂਕਦਾ ਫਿਰਦਾ, ਆਪਦੀ ਜ਼ਮੀਨ ਤੇ ਨਹੀਂ ਬਹਿ ਕੇ ਖਾ ਸਕਦਾ। ਉਹ ਬਾਈ ਗੱਲ ਸੁਣ ਲੈ, ਬਾਈ ਬਕਵਾਸ ਕਰਦੀ ਆ ਇਹ, ਬੰਦ ਕਰਾਉਣੀ ਵੀ ਆਉਂਦੀ ਆ ਮੈਨੂੰ। ਤੂੰ ਬਗ ਜਾਵਾ। ਹਾਂ ਚੱਲ ਪੁੱਤ ਕੋਈ ਨਹੀਂ, ਮੈਂ ਸਮਝਾ ਦੂੰਗੀ ਇਹਨੂੰ। ਬੇਬੇ ਬੇਬੇ ਮੈਨੂੰ ਸਾਰੀ ਦੁਨੀਆਦਾਰੀ ਦੀ ਸਮਝ ਆ, ਠੀਕ ਆ, ਤੂੰ ਵੀ ਚੁੱਪ ਕਰ ਜਾ ਤੇ ਜਾ ਵੀ ਲੈ ਜਾ ਬੈਗ ਦੇ ਇੱਥੋਂ। ਪੁੱਤ ਮੈਂ ਤੁਹਾਨੂੰ ਸੌਖਾ ਦੇਖਣਾ ਚਾਹੁੰਦੀ ਆ ਤੇ ਜਿਉਣਾ ਚਾਹੁੰਦੇ ਆਪਾਂ। ਬੇਬੇ ਆਪਾਂ ਨੂੰ ਮਾਰਨ ਵਾਲਾ ਕੋਈ ਨੀ ਜੰਮਿਆ, ਠੀਕ ਆ, ਜਿੰਨੇ ਸਾਹ ਰੱਬ ਨੇ ਪਾਤੇ ਉਨੇ ਹੀ ਭੋਗਣੇ ਨੇ, ਨਾ ਤੋਂ ਵੱਧ ਨਾ ਘੱਟ, ਆਪਾਂ ਇੱਕ ਸਾਹ ਨਹੀਂ ਲੈ ਸਕਦੇ। ਬੇਬੇ ਠੰਡੇ ਦਿਮਾਗ ਨਾਲ ਸਮਝਾ ਦੀ ਇਹਨੂੰ, ਅਜੇ ਮਾੜਾ ਗਰਮ ਜਿਹਾ ਲੱਗਦਾ। ਬੇਬੇ ਇਹਨੂੰ ਸਮਝਾ ਲਾ ਜੇ ਮੇਰਾ ਦਿਮਾਗ
ਗਰਮ ਹੋ ਗਿਆ ਨਾ ਤੇ ਜਲਦੀ ਠੰਡਾ ਨਹੀਂ ਹੁੰਦਾ, ਫਿਰ ਇੱਕ ਅੱਧੇ ਨੂੰ ਮਾਰ ਕੇ ਹੁੰਦਾ। ਮੇਰਾ ਸ਼ਰੀਫੀ ਦਾ ਫਾਇਦਾ ਨਾ ਉਠਾਓ, ਮੈਂ ਟਿਕਟ ਲੈਣੀ ਐ MLA ਦੀ। ਪੁੱਤ ਤੂੰ ਜਾ, ਮੈਂ ਇਹਨੂੰ ਆਪੇ ਸਮਝਾ ਦੂੰਗੀ, ਕੋਈ ਨਹੀਂ ਅਸੀਂ ਆਪੇ ਆ ਜਾਵਾਂਗੇ ਕਚਹਿਰੀਆਂ 'ਚ। ਬੇਬੇ ਤੂੰ ਸਿਆਣੀ ਲੱਗਦੀ ਆ, ਸਮਝਾ ਦੀ ਇਹਨੂੰ, ਉਹ ਮੈਂ ਖੂਨ ਖਰਾਬਾ ਕਰਨਾ ਨਹੀਂ ਚਾਹੁੰਦਾ। ਕੋਈ ਨਹੀਂ ਕੋਈ ਨਹੀਂ, ਮੈਂ ਸਮਝਾ ਦੂੰਗੀ, ਤੂੰ ਜਾ। ਬੇ ਇਹਨੂੰ ਜੇਬ 'ਚ ਹੀ ਪਾ ਲਾ, ਇਹ ਨਾ ਤੇਰੀ ਜੇਬ 'ਚ ਸੋਹਣੀ ਲੱਗਦੀ ਆ। ਕੀ ਤੂੰ ਇਹਨਾਂ ਦੇ ਡਰਾਬੇ ਦੇ ਦਿੰਦਾ ਰਹਿਣਾ, ਮੈਲੀ ਹੁਣ ਡਰਨ ਵਾਲੀ ਹੈਗੀ। ਗੁੜੀਏ ਕੱਦ ਲੱਗ ਇੱਥੋਂ। ਉਹ ਕੁੜੀਏ ਗੱਲ ਸੁਣ ਲੈ, ਇੰਨੀ ਤੇਰੀ ਉਮਰ ਨਹੀਂ ਜਿੰਨੇ ਮੈਂ ਕਤਲ ਕਰਤੇ। ਬੇ ਪਤਾ ਹੀ ਆ, ਕਦੇ ਕੀੜੀ ਵੀ ਮਾਰ ਕੇ ਦੇਖੀ ਆ, ਉਹ ਵੀ ਜਦੋਂ ਮਾਰ ਲੱਗੇ ਉਹਨਾਂ ਤੇਰੇ ਹੱਥ ਤੇ ਦੰਦੀ ਵੱਢ ਕੇ ਜਾਂਦੀ ਹੋਣੀ। ਪੁੱਤ ਬਾਲਿਆਂ ਗੱਲਾਂ ਨੇ, ਲੱਗਦਾ ਸਰਪੰਚ ਦਾ ਬਾਲਾ ਆਇਆ ਤੇ। ਬੇਬੇ ਮੈਂ ਲਾਟਵਾਰੀ ਕਹਿਣਾ, ਮੈਨੂੰ ਗੁੱਸਾ ਆ ਚੜਾਓ, ਕੱਲ ਨੂੰ ਆ ਜੀ ਕਚਹਿਰੀਆਂ 'ਚ ਇਹਨੂੰ ਲੈ ਕੇ, ਨਹੀਂ ਤੇ ਫਿਰ ਉੱਤੇ ਜਾਊਗੀ ਇਹ। ਬੇਬੇ ਡਰਨ ਦੀ ਲੋੜ ਨਹੀਂ ਹੈਗੀ, ਗਿੱਠ ਦਾ ਬੰਦਾ ਨਹੀਂ, ਤੂੰ ਹੀ ਡਰੀ ਜਾਂਦੀ ਆ। ਪਹਿਲਾਂ ਤਾਂ ਸ਼ੇਰਨੀ ਹੈ ਨਹੀਂ ਤੇ ਮੈਨੂੰ ਵੀ ਸ਼ੇਰਨੀ ਨਹੀਂ ਬਣਾਇਆ। ਮੇਰੀ ਗੱਲ ਸੁਣੋ, ਜਿਉਣਾ ਚਾਹੁੰਦੀ ਹੈ ਕਿ ਨਹੀਂ, ਤੇ ਮੇਰੇ ਦੋ ਤਿੰਨ ਜਾਣ ਦੇ ਕਰੇ ਛੱਡਣਾ ਕਿ ਨਹੀਂ, ਇਹਦਾ ਕੀ ਹੈ? ਬੇਬੇ ਉਹ ਤਾਂ ਮਲੰਗ ਆ, ਠੀਕ ਆ, ਹੋਰ ਉਹਦਾ ਕੁਛ ਨਹੀਂ ਹੈਗਾ, ਤੇ ਆਪਣੇ ਜਵਾਕ ਦਾ ਸਾਰਾ ਕੁਝ ਮੈਂ ਸੋਚੀ ਬੈਠੀ ਆ, ਤੈਨੂੰ ਸੋਚ ਕਰਨ ਦੀ ਲੋੜ ਨਹੀਂ, ਕਿਤੇ ਨਹੀਂ ਮੈਂ ਜਾਣਾ ਨਾਲੇ। ਪਹਿਲਾਂ ਤਾਂ ਦੇਖ ਧਮਕੀਆਂ ਨਾਲ ਹੀ ਜ਼ਮੀਨ ਨੱਪਣੀ ਜਾਂ ਜੀ, ਹੁਣ ਤਾਂ ਪੈਸੇ ਲਿਆ ਸੀ। ਮੈਨੂੰ ਲੋੜ ਨਹੀਂ ਉਹਦੇ ਆ ਕੰਜਰ ਕਿੱਤਿਆਂ ਵਾਲੇ ਪੈਸਿਆਂ ਦੀ, ਲੋਕਾਂ ਦੇ ਪਤਾ ਨਹੀਂ ਕਿੰਨੇ ਕੁ ਖੂਨ ਹਰਾਮ ਕਰ ਕਰਕੇ ਉਹ ਪੈਸੇ ਲਿਆ ਹੋਣਾ, ਮੈਂ ਨਹੀਂ ਚਾਹੁੰਦੀ ਵੀ ਉਹ ਮੈਂ ਰੱਖਾਂ ਆਪਦੇ ਘਰੇ। ਇਹ ਬੰਦੇ ਦਾ ਭਰੋਸਾ ਨਹੀਂ, ਕੀ ਕਰਦੇ ਪਏ ਆਪਾਂ ਨੂੰ, ਉਹਨੂੰ ਪਤਾ ਬੰਦਾ ਤਾਂ ਕੋਈ ਹੈ ਹੀ ਨਹੀਂਗਾ ਵੀ ਇਕੱਲੀਆਂ ਹੀ ਨਹੀਂ। ਕੀ ਕਰ ਦੂਗਾ, ਮਾਰ ਦੂਗਾ, ਹੋਰ ਤਾਂ ਇਹਦੀ ਕਰਤੂਤ ਹੈ ਨਹੀਂ, ਇਹ ਤੋਂ ਵੱਡੀ ਜਦੋਂ ਮਾਰੀ ਤਾਂ ਫਿਰ ਪਿੱਛੇ ਕੀ ਰਹੇਗਾ, ਫਿਰ ਆਪ ਕੀ ਬਚ ਜੂਗਾ, ਮੇਰਾ ਦੋਤਾ ਤਾਂ ਰੁੱਝ ਜੂਗਾ ਨਾ। ਕੋਈ ਨਾ, ਦੋਤੇ ਨੂੰ ਉਹਦੀ ਮਾਮੀਆਂ ਸਾਂਭ ਲੈਣਗੀਆਂ ਬਥੇਰੀਆਂ, ਤੂੰ ਚੁੱਪ ਰਹਿ ਵਾ, ਡਰਨਾ ਨਹੀਂ ਹੈਗਾ, ਨਾ ਕਿਤੇ ਤੂੰ ਜਾਵੇਂ ਨਾ ਮੈਂ ਜਾਵਾਂ, ਸੁਣ ਗਿਆ? ਚੱਲ ਚੰਗਾ, ਦੇਖ ਲਾਂ। ਦੇਖਣਾ ਕੀ ਆ, ਮੂੰਹ ਇਹਦੇ ਅੱਗੇ ਮਿਲਣ ਮਿਲਣ ਕਰੀ ਜਾਊਗੀ ਗੰਢੇ ਦੇ ਅੱਗੇ, ਐਡਾ ਕੁ ਬੰਦਾ ਮੁੱਠੀ ਚ ਆ ਜੇ, ਹੜਦੀ ਹੋਈ ਨਹੀਂ ਹੈਗੀ, ਮੇਰਾ ਵੀ ਦਿਲ ਪਤਲਾ ਕਰ ਰੱਖਿਆ ਸੀ, ਮਾਂ ਪਤਾ ਨਹੀਂ ਕੀ ਚੀਜ਼ ਆ, ਅੱਜ ਕਿੰਨੇ ਕੁ ਫੇਰ ਕਰ ਗਿਆ ਉਹ, ਜਿਹਦੇ ਅੱਗੇ ਬੋਲੋ ਨਾ ਫੇਰ ਨਹੀਂ, ਉਹ ਭੌਂਕਦਾ ਮੂੰਹ ਇਹਦੇ ਜੀਵ ਕੁੱਤੇ ਵਾਲੀ ਲੱਗੀ ਹੋਈ ਆ, ਹੁਣ ਮੈਂ ਕੀ ਕਿਹੜਾ ਬੋਲਦੀਆਂ ਨੇ, ਇਹਦਾ ਵਸਾ ਕੋਈ ਨਹੀਂ ਇਸ ਬੰਦੇ ਦਾ। ਕੋਈ ਨਾ ਬੇਬੇ, ਪਹਿਲਾਂ ਦੇਖਿਆ ਨਹੀਂ ਆਪਾਂ? ਕੋਈ ਨਾ, ਵਿੱਚੀ ਤੋਂ ਫੜ ਕੇ ਚੱਪਣੇ ਚੱਪਣਾ ਨਾ ਹੁਣ ਮੈਂ ਦੇ ਦੇਖੀ ਚੱਲੀ। ਚਲ ਠੀਕ ਆ, ਜਿਵੇਂ ਤੈਨੂੰ ਠੀਕ ਲੱਗਦਾ। ਆ ਗਏ ਤੁਸੀਂ? ਦਿਮਾਗ ਖਰਾਬ ਕਰਤਾ। ਕੀ ਹੋ ਗਿਆ? ਕੀ ਆ, ਤੂੰ ਸਹੀ ਕਹਿੰਦੀ ਸੀ ਵੀ ਉਹਦਾ ਕੋਈ ਭਰੋਸਾ ਨਹੀਂ, ਕਦੋਂ ਬਦਲ ਜੇ, ਉਹੀ ਕੰਮ ਹੋ ਗਿਆ। ਕੀ ਕਰਤਾ ਹੋਣੇ? ਉਹ ਮੁੱਕਰ ਗਈ ਆ, ਕਦ ਜ਼ਮੀਨ ਦੇਣੀ ਨਹੀਂ। ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ, ਉਹ ਚਲਾਕ ਜਨਾਨੀ ਆ, ਕਦੋਂ ਵੀ ਮੁੱਕਰ ਸਕਦੀ ਆ, ਪਰ ਤੁਸੀਂ ਤੁਸੀਂ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕਰਿਆ, ਹੁਣ ਪਤਾ ਲੱਗ ਗਿਆ? ਉਹ ਮੈਨੂੰ ਕੀ ਪਤਾ ਜੀ, ਦੋ ਮਹੀਨੇ ਸਪਣੀ ਨਿਕਲੂ ਇਹ। ਉਹ ਮੈਂ ਨਾ MLA ਦੀ ਟਿਕਟ ਲੈਣੀ ਆ, ਉਹ ਤਾਂ ਕਰਕੇ ਬਦਮਾਸ਼ੀ ਛੱਡਤੀ, ਮੈਨੂੰ ਲੱਗਾ ਪੁਰਾਣੇ ਹਥਿਆਰ ਚੱਕਣੇ ਪੈਣਗੇ। ਜੀ ਇੰਨਾ ਗੁੱਸਾ ਨਾ ਕਰੋ, ਠੰਡੇ ਦਿਮਾਗ ਨਾਲ ਕੰਮ ਲਓ ਵੀ ਅੱਗੇ ਕੀ ਕਰਨਾ, ਹੁਣ ਉਹ ਮੰਨਦੀ ਤਾਂ ਹੈ ਨਹੀਂ, ਕੁਛ ਹੋਰ ਹੀ ਕਰਨਾ ਪੈਣਾ ਹੁਣ। ਉਹ ਕਰਨਾ ਤਾਂ ਪਊਗਾ, ਉਹ ਜ਼ਮੀਨ ਤਾਂ ਲੈਣੀ ਆ, ਪਰ ਮੰਤਰੀ ਨੇ ਟਿਕਟ ਨਹੀਂ ਦੇਣੀ ਮੈਨੂੰ ਜੇ ਜ਼ਮੀਨ ਨਾ ਲੈਤੀ। ਮੇਰੀ ਗੱਲ ਸੁਣੋ, ਤੁਸੀਂ ਕਿਸੇ ਹੋਰ ਦੀ ਜ਼ਮੀਨ ਲੈ ਲਓ, ਕਿਉਂ ਤੁਸੀਂ ਇਹਦੇ ਮਗਰ ਪਏ ਹੋ? ਉਹ ਪ੍ਰੋਜੈਕਟ ਨਾ 10 ਕਿੱਲਿਆਂ ਦਾ ਪਾਸ ਹੋਇਆ ਹੋਇਆ, ਪੰਗਾ ਐ ਰੋਡ ਤੇ ਰੱਖਦੀ ਆ, ਰਾਹ ਚਾਹੀਦਾ, ਉਹ ਰਾਹ ਉਹਦੇ 3 ਕਿੱਲਿਆਂ ਵਿੱਚ ਦੀ ਨਿਕਲੂਗਾ, ਮੇਨ ਤੇ ਰਾਹ ਦਾ ਹੁੰਦਾ ਪੰਗਾ। ਮੇਰਾ ਤਾਂ ਨਾ ਦਿਮਾਗ ਬੜਾ ਹੀ ਖਰਾਬ ਹੋਈ ਜਾਂਦਾ, ਚੱਕਰ ਆਈ ਜਾਂਦੇ ਮੈਂ ਤਾਂ ਤੁਹਾਡੀ ਗੱਲਾਂ ਸੁਣ ਸੁਣ ਕੇ। ਉਹ ਕੋਈ ਗੱਲ ਨਹੀਂ, ਵਿਕਰ ਨੂੰ ਬੁਲਾਉਣਾ, ਉਹ ਸਰਪੰਚ ਦੇ ਕੰਡੇ ਵਿੱਚ ਹੈ, ਕਿਸੇ ਹੋਰ ਨੂੰ ਲੱਭ ਲਓ, ਉਹਨੇ ਕੋਈ ਕੰਮ ਨਹੀਂ ਕਰਨਾ ਬਾਈ ਨੇ, ਉਹੀ ਆ ਗੱਲਾਂ ਮਾਰਨ ਜੋਗਾ। ਉਹ ਕੋਈ ਗੱਲ ਨਹੀਂ, ਉਹ ਮੂੰਹ ਤੇ ਸੁਣ ਕੇ ਆਊਗਾ ਸਰਪੰਚ ਦਾ ਕੀ ਗੱਲਬਾਤ ਆ, ਉਦੋਂ ਬਾਅਦ ਮਾਪੀ ਦੇਖੂ ਉਹਦੇ ਨਾਲ, ਮੈਨੂੰ ਤਾਂ ਲੱਗਦਾ ਸਰਪੰਚ ਦਾ ਕੰਡਾ ਕੱਢਣਾ ਪਊ ਪਹਿਲਾਂ।
ਇਹ ਹਰ ਕੰਮ ਚ ਨਾ ਲੱਤ ਡਾਉਂਦਾ, ਮੈਂ ਤਾਂ ਗੁੱਸਾ ਚੜਾਈ ਜਾਂਦਾ ਸਰਪੰਚ ਜਾ ਇਹ ਹੋਰ ਕਰਾਉਣਾ ਪੂ ਕੰਮ, ਮੈਂ ਆਪ ਨੀ ਮਾਰਦਾ, ਬੰਦਾ ਭੇਜਣਾ ਪੂ ਕੋਈ, ਮੈਨੂੰ ਲੱਗਦਾ ਕੋਈ ਗੱਲ ਨੀ 5-10 ਲੱਖ ਰੁਪਇਆ ਹੋਰ ਲੱਗ ਜੂਗਾ। ਇਹਨੂੰ ਅੱਗ ਲਾ ਦੋ ਫਿਰ ਪੈਸਿਆਂ ਨੂੰ, ਜੇ ਕੰਮ ਹੀ ਨੀ ਆਉਂਦੇ ਹੈਗੇ। ਕਰਦਾ ਮੈਂ ਯਾਰ ਬੰਦਾ ਬੁਲਾਉਣਾ, ਮੈਂ ਮਿੰਟੂ ਨੂੰ ਕਰਦਾ ਫੋਨ। ਮੈਂ ਕੋਈ ਨਾ ਜਾ ਕੇ ਫਰੈਸ਼ ਹੋ ਜਾਓ, ਮੈਂ ਚਾਹ ਬਣਾਉਣੀ ਹੈ ਤੁਹਾਡੇ ਲਈ। ਜਾ ਚਾਹ ਰਹਿਣ ਦੇ, ਮੈਂ ਨਹੀਂ ਪੀਣੀ ਯਾਰ। ਫਿਰ ਆਰਾਮ ਕਰ ਲਓ ਤੁਸੀਂ, ਐਵੇਂ ਟੈਨਸ਼ਨ ਨਾਲ ਤਾਂ ਨਹੀਂ ਕੋਈ ਹੱਲ ਹੋਣਾ, ਆਪਣੀ ਸਿਹਤ ਵੀ ਖਰਾਬ ਕਰੀ ਜਾਂਦੇ ਹੋ ਤੁਸੀਂ। ਚੱਲ ਕਰਦਾ ਮੈਂ ਹੱਲ ਯਾਰ, ਯਾਰ ਬੜਾ ਕੰਮ ਖਰਾਬ ਹੋਇਆ। ਉਹ ਮੈਂ ਇਹਨੂੰ ਆਖਿਆ ਵੀ ਪੈਸੇ ਲੈ ਲਓ ਏ, ਤੁਹਾਡੀ ਗਰੀਬੀ ਕੱਟੀ ਜਾਊ। ਉਹ ਕਿੱਥੇ, ਉਹ ਮਾੜੀ ਜਾ ਤੇ ਪਾਥੀਆਂ ਨਿਗਾ, ਇਹ ਗੱਲ ਹੈ ਇਹਦੀ। ਲਓ ਜੀ ਆ ਗਏ ਤੁਹਾਡੇ ਪੈਸੇ, ਲਿਆਓ ਜੀ। ਠੀਕ ਹੈ ਅੱਲੂ ਜੀ, 10 ਲੱਖ ਲੈ ਵਿਕਰਾ। ਇਹ 10 ਲੱਖ ਆ, 8 ਲੱਖ ਗਿਆ ਸੀ। ਹਾਂ ਦੇਖ ਲਈ ਕਿੰਨੇ ਚ ਮੰਨਦਾ ਮਨਾਲੀ। ਬਸ ਉਹਨੂੰ ਜਿਪ ਖੋਲ ਕੇ ਦਿਖਾ ਦੇਣਾ ਵੀ ਆਹ ਦੇਖ ਲਓ ਭਰਿਆ ਹੋਇਆ 10 ਲੱਖ ਦਾ ਸਰਪੰਚਾ, ਨਾਲੇ ਤਾਂ 10 ਲੱਖ ਸਾਂਭ ਤੇ ਨਾਲੇ ਤੂੰ ਪਾਸੇ ਹੋ ਜਾ, ਤਾਂ ਕੀ ਲੈਣਾ ਇਹਨਾਂ ਤੋਂ। ਹੋ ਗਿਆ ਸਮਝੋ ਠੀਕ ਹੈ ਛਰਨੇ ਆ ਲੈ। ਜਿਵੇਂ ਮੈਂ ਕਹਿਣਾ ਨਾ ਉਵੇਂ ਕਰਿਆ ਕਰ, ਤੂੰ ਨੈਗੇਟਿਵ ਨਾ ਸੋਚਿਆ ਕਰ। ਤੈਨੂੰ ਬਸ ਇਸ ਤੋਂ ਬਾਅਦ ਤੈਨੂੰ ਕਹਿ ਦੇਣਾ ਕਦੇ ਵੀ ਸੋਚੀ ਨਾ ਵੀ ਹੋਣਾ ਕੀ ਕਸੂਰ ਹੈ, ਉਹੀ ਕਰੀ ਜਾਂਦੇ ਜਿਵੇਂ ਤੁਸੀਂ ਕਹੀ ਜਾਂਦੇ ਹੋ। ਹੁਣ ਬਣ ਤਾਂ ਕੁਛ ਰਿਹਾ ਨੀ ਹੈਗਾ, ਗਲਤੀ ਮੇਰੀ ਕੱਢੀ ਜਾਂਦੇ ਹੋ ਤੁਸੀਂ। ਉਹ ਬਣ ਜਾ ਤੂੰ ਕਿ ਗੁੱਸੇ ਹੁੰਦੇ ਆ ਬਲਬਲ। ਗੱਲ ਉਹ ਨੀ ਹੈਗੀ ਜੀ, ਤੁਸੀਂ ਪੈਸੇ ਬਰਬਾਦ ਕਰੀ ਜਾਂਦੇ ਹੋ, ਜ਼ਮੀਨ ਤੁਹਾਨੂੰ ਉਹਨੇ ਦੇਣੀ ਹੈ ਨੀ, ਹਜੇ ਵੀ ਟਾਈਮ ਹੈ, ਸੰਭਲ ਜਾਓ ਤੁਸੀਂ। ਉਹ ਜ਼ਮੀਨ ਤਾਂ ਲੈ ਕੇ ਹਟੂੰਗਾ। ਚੰਗਾ ਜੀ, ਤੁਹਾਡੇ ਮੂਰੇ ਨਾ ਮੈਂ ਹਾਰ ਗਈ। ਉਹ ਤੈਨੂੰ ਪਤਾ ਹੈ ਕਿੰਨੇ ਕੰਮ ਕੀਤੇ ਆ, ਆਪਾਂ ਕੰਮ ਹੀ ਉਹ ਫੜਦੇ ਆ ਕਿਹੜਾ ਨਾ ਹੁੰਦਾ ਹੋਵੇ। ਕਿੰਨਾ ਟਾਈਮ ਹੋ ਗਿਆ, 3 ਮਹੀਨੇ ਹੋ ਗਏ, ਕੰਮ ਸਿਰੇ ਨਹੀਂ ਚੜਿਆ ਹਜੇ ਤੱਕ। ਉਹ ਟਾਈਮ ਤੇ ਲੱਗਦਾ ਹੁੰਦਾ ਇਹ ਜੇ ਕੰਮ ਤੇ। ਚੰਗਾ ਜੀ ਠੀਕ ਆ, ਤੂੰ ਨਾ ਗੁੱਸੇ ਹੋਇਆ ਕਰ। ਲੈ ਮੈਂ ਤਾਂ ਆਪਦੀ ਬੁਲਬੁਲ ਗੁੱਸੇ ਕਰਕੇ ਵਗ ਗਿਆ ਸੀ। ਸਰਪੰਚ ਸਾਹਿਬ ਜੀ, ਹਾਂ ਆਜੋ ਜੀ ਆਜੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂ ਨਾ ਨਾ ਨਵਾਂਗਾ ਜੀ। ਠੀਕ ਆ ਠੀਕ ਆ ਜੀ, ਚਲੋ ਆਏ ਸੀ ਮਹਾਕਾਲ ਜਲ ਘਰੇ ਕੰਮ ਕਾਰ ਰਹਿੰਦਾ ਗਾ, ਮਾੜਾ ਭੇਜ ਦਿੰਦੇ ਛੇਤੀ। ਠੀਕ ਆ ਜੀ ਠੀਕ ਆ। ਠਹਿਰ ਕੇ ਦੱਸਦਾ ਮੈਂ। ਸਰਪੰਚ ਸਾਹਿਬ ਮੈਂ ਅੱਜ ਕੋਈ ਖਾਸ ਗੱਲ ਕਰਨ ਆਇਆ ਤੁਹਾਡੇ ਨਾਲ। ਖਾਸ ਗੱਲ ਇਹ ਹੈ ਵੀ ਦੇਖ, ਰਾਜਨੀਤਿਕ ਬਣ ਕੇ ਰਹੋ ਤੁਸੀਂ, ਜੇ ਰਾਜਨੀਤੀ ਕਰਦੇ ਹੋ ਨਾ ਸਰਪੰਚੀ ਕਰਦੇ ਹੋ ਤਾਂ ਤੱਕ ਵੀ ਰਾਜਨੀਤੀ ਕਰੋ,
ਨਿੱਕੀ ਨਿੱਕੀਆਂ ਗੱਲਾਂ ਤੇ ਕਿਉਂ ਤੁਰੇ ਫਿਰਦੇ ਹੋ? ਤੁਸੀਂ ਆ ਜਿਹੜੇ ਉਹਦੇ 4 ਕਿੱਲੇ 3 ਕਿੱਲੇ ਜ਼ਮੀਨ ਦੇ ਆ, ਬਸ ਉਸੇ ਕੇਸ ਪਿੱਛੇ ਫਿਰਦੇ ਰਹੋਗੇ? ਗੱਲ ਸੁਣ ਲਓ, ਤੁਸੀਂ ਉਹਨੂੰ ਛੱਡੋ ਤੇ ਸਿੱਧੇ ਆਪਦੀ ਰਾਜਨੀਤੀ ਕਰੋ, ਨਾਲੇ ਤੁਸੀਂ ਰਾਜਨੀਤੀ ਕਰੋ ਨਾਲੇ ਅਸੀਂ ਰਾਜਨੀਤੀ ਕਰੀਏ। ਤੁਸੀਂ ਸਾਈਡ ਤੇ ਹੋ ਜਾਓ ਤੇ ਇਹ ਬੈਗ ਦੇ ਵਿੱਚ ਨਾ 10 ਲੱਖ ਰੁਪਈਆ ਤੁਹਾਡੇ ਵਾਸਤੇ ਲੈ ਕੇ ਆਇਆ। ਮੈਨੂੰ ਇਹਦੀ ਕੀ ਜ਼ਰੂਰਤ ਹੈ? ਜ਼ਰੂਰਤ ਤਾਂ ਨਹੀਂ, ਅਸੀਂ ਇਹੀ ਕਹਿੰਦੇ ਸੀ ਵੀ ਪੁੱਠੇ ਸਿੱਧੇ ਪਾਸਿਆਂ ਤੇ ਕਾਹਨੂੰ ਖਰਚ ਕਰਨੇ ਆ, ਉਹੀ ਸਰਪੰਚ ਨੂੰ ਦੇ ਦਿੰਦੇ ਆ। ਤੇ ਸਰਪੰਚ ਸਾਹਿਬ ਇਹ ਤੁਸੀਂ ਬਸ ਅਮਾਨਤੀ ਸਮਝ ਲਓ ਆਪਦੇ ਕੋਲੇ, ਇਹ ਤਾਂ ਸਹਾਇਤਾ ਹੀ ਆ ਤੁਹਾਡੀ। ਹੁਣ ਤੈਨੂੰ ਮੈਂ ਕੀ ਕਹਾਂ ਵਿਕਰਾ? ਕਿਉਂ? ਨਾਲੇ ਤੈਨੂੰ ਚੰਗਾ ਪਤਾ ਗਾ ਵੀ ਆਹ ਪੈਸੇ ਪੂਸੇ ਜੇ ਮੈਂ ਲੈਂਦਾ ਨਹੀਂ ਹੁੰਦਾ। ਮੈਂ ਵੀ ਸਮਝਦਾ ਸੀ ਵੀ ਉਹਨੇ ਪੈਸੇ ਲੈਣੇ ਨਹੀਂ, ਪਰ ਤੂੰ ਮੇਰੇ ਵੱਲ ਦੇਖ, ਪੈਸਿਆਂ ਨੂੰ ਨਾ ਧੱਕ, ਨਾਲੇ ਪਾਸੇ ਹੋ ਕੇ ਖੜ ਜਾ। ਆਹ ਪੈਸਿਆਂ ਦੇ ਮਾਰੀ ਫਿਰਦਾ ਤੂੰ ਵੀ ਪਤਾ ਨਹੀਂ ਮੈਂ ਉਹ 3 ਕਿੱਲੇ ਛਡਾ ਕੇ ਬੋਲੇ ਰੁਪਈਆਂ ਵਾਲਾ ਬਣ ਜੂ ਜਾਂ ਪਤਾ ਨਹੀਂ ਕਿੱਡਾ ਕੁ ਬਣ ਜੂ। ਉਹ 2 ਰੁਪਈਏ ਨੇ ਇਹਨਾਂ ਨੂੰ ਸਾਂਭ ਤੇ ਉਹਨਾਂ ਨੂੰ ਆਪਦਾ ਕੇਸ ਭੁਗਤਣ ਦੇ, ਕੀ ਹੋ ਜੂਗਾ ਬਾਹਲੇ ਤੋਂ ਬਾਹਲਾ? ਜੇ ਚੰਨੀ ਪ੍ਰਧਾਨ ਭੜਕ ਗਿਆ ਨਾ ਐਵੇਂ ਉਹਨਾਂ ਦਾ ਕਾਤਲ ਕਰ ਦੂ ਤੇ ਪਵਾ ਵੀ ਤੇਰੇ ਤੇ ਦੇਊਗਾ। ਹਾਂ, ਉਹਨੇ ਮੈਨੂੰ ਇਹੀ ਗੱਲ ਕਹੀ ਹੈ ਵੀ ਉਹਦੇ ਨਾਲ ਤਾਂ ਉਹਨੂੰ 10 ਲੱਖ ਰੁਪਈਆ ਦੇ ਵੀ ਤੂੰ ਆਪਦੀ ਸਾਈਡ ਤੇ ਹੋ ਜਾ ਭਾਈ, ਤੂੰ ਸਾਡੇ ਕਿਉਂ ਮੂਹਰੇ ਡਿੱਕਾ ਬਣਦਾ ਹੈ? ਅੱਛਾ, ਹਾਂ ਚੰਨੀ ਸਰਦਾਰ ਨੇ ਭੇਜਿਆ ਇਹ? ਅੱਛਾ, ਠੀਕ ਹੈ, ਸਮਝ ਗਿਆ ਸਾਰੀ ਗੱਲ। ਬਸ ਸਮਝ ਗਏ ਤਾਂ ਆ ਲੋ ਸਾਂਭ ਲੋ। ਨਹੀਂ ਇਹ ਤਾਂ ਸਾਂ ਤੂੰ ਐ ਕਰੀ। ਹਾਂ, ਤੈਨੂੰ ਚੰਨੀ ਸਰਦਾਰ ਨੇ ਭੇਜਿਆ ਸੀ, ਤੂੰ ਆਪਦਾ ਕੰਮ ਕਰਤਾ ਤੇ ਹੁਣ ਬਹੁਤ ਕੁਛ ਬਣਾ ਲੈਂਦਾ। ਇਹ ਤਾਂ 2 ਮਿੰਟਾਂ ਦਾ ਕੰਮ ਹੈ ਮੇਰਾ, ਐਂ ਕਰਕੇ ਖੱਬੇ ਹੱਥ ਦਾ ਕੰਮ ਆ। ਸਰਪੰਚਾ ਹਜੇ ਵੀ ਸੋਚ ਲੈ, ਜੇ ਇਦੂ ਪਹਿਲਾਂ ਨਹੀਂ ਪੈਸੇ ਪਿੱਛੇ ਗਏ ਤਾਂ ਫਿਰ ਅੱਜ ਕਿਉਂ ਘਰੇ ਆਇਆ ਧੱਕਦੇ ਹੋ? ਉਹੀ ਗੱਲ ਫੇਰ, ਇਹ ਤਾਂ ਟਾਈਮ ਕਹਿੰਦੇ ਹੁੰਦੇ ਆ ਸਮਾਂ ਸਮਾਂ ਸਮਰੱਥ, ਟਾਈਮ ਟਾਈਮ ਦੱਸੂਗਾ ਵਿਕਰਾ ਇਹ ਜਾ ਕੇ ਅਮਾਨਤ ਨਾ ਜਿਵੇਂ ਲੈ ਕੇ ਆਇਆ ਪਿਆਰ ਨਾਲ, ਤੇ ਉਵੇਂ ਪਿਆਰ ਨਾਲ ਜਾ ਕੇ ਉਹਨੂੰ ਫੜਾ ਦੇਈ। ਮੈਂ ਇਹ ਪੈਸਿਆਂ ਮਗਰ ਨਾ ਅੱਜ ਜਾਵਾਂ ਨਾ ਕੱਲ੍ਹ ਜਾਵਾਂ, ਮੈਂ ਜਾਣਾ ਨਾ ਸੱਚ ਦੇ ਮਗਰ, ਸੱਚ ਦੇ ਮਗਰ ਹੀ ਖੜਨ ਵਾਲਾ ਬੰਦਾ ਮੈਂ ਦਾਇਸ। ਬਾਕੀ ਰਹੀ ਗੱਲ ਉਹਨਾਂ ਬਾਣ ਦੀ, ਉਹ ਤੈਨੂੰ ਮੈਂ ਗੱਲ ਤੈਨੂੰ ਕਲੀਅਰ ਦੱਸ ਦੇਣਾ, ਉਹਨਾਂ ਨਾਲ ਮੇਰਾ ਕੋਈ ਲੈਣ ਦੇਣ ਨਹੀਂ, ਉਹ ਅਗਲਾ ਵੇਚੇ ਤੇ ਰੱਖੇ। ਠੀਕ ਹੈ, ਅੱਛਾ ਹੁਣ ਇਹ 10 ਲੱਖ ਮੈਂ ਵਾਪਸ ਲੈ ਜਾ? ਵਾਪਸ ਲੈ ਜਾ। ਠੀਕ ਹੈ, ਉਹਨੇ ਇਹ ਵੀ ਗੱਲਾਂ ਸਮਝਾਈਆਂ ਮੈਨੂੰ ਵੀ ਜੇ ਸਰਪੰਚ ਨਾ ਮੰਨਿਆ ਨਾ ਫਿਰ ਉਹਨੂੰ ਦੱਸਿਆ ਵੀ ਕੀ ਹੋਊਗਾ ਅੱਗੇ। ਐਂ ਦੱਸ ਕੇ ਮੈਨੂੰ ਡਰਾਉਣਾ? ਮੇਰਾ ਨਾ ਦਿਲ ਪਤਲਾ ਹੈਗਾ, ਲੋਕਾਂ ਦੇ ਦਿਲ ਇੱਧਰ ਆ ਗਏ, ਮੇਰਾ ਇੱਧਰ ਹੈਗਾ, ਮੈਂ ਤੁਹਾਨੂੰ ਤਾਂ ਦੱਸ ਦਾਂਗਾ। ਲੋਕਾਂ ਦੇ ਤਾਂ ਹਾਲੇ ਬਾਹਰ ਹੁੰਦੇ, ਮੇਰੇ ਥੱਲੜੇ ਬਾਹਰ ਆ ਗਏ, ਬੜਾ ਫਰਕ ਆ ਮੇਰਾ ਆਟੋਮੈਟਿਕ। ਠੀਕ ਹੈ, ਫਿਰ ਹੁਣ ਆਉਣ ਵਾਲਾ ਸਮਾਂ ਤੂੰ ਦੇਖਦਾ ਰਹੇਗਾ ਸਰਪੰਚਾ, ਅੱਜ ਤੂੰ ਸਾਨੂੰ ਮੋੜਦਾ ਤਾਂ ਹੈ ਪਰ ਇਹ ਮਹਿੰਗਾ ਬਹੁਤ। ਗੱਲ ਸੁਣ ਲੈ ਮੇਰੀ ਸਰਪੰਚਾ, ਜੇ ਚੰਨੀ ਨੇ ਉਹਨਾਂ ਤਿੰਨਾਂ ਨੂੰ ਮਾਰਤਾ ਨਾ ਤੇ ਫਿਰ ਤੂੰ ਉਹਨਾਂ ਦਾ ਕੀ ਕਰ ਲਏਗਾ? ਵੱਧ ਤੋਂ ਵੱਧ ਕੇਸ ਕਰੇਗਾ, ਕੇਸ ਹੀ ਲੜੇਗਾ। ਉਹ 40-45 ਸਾਲ ਦੀ ਤੇਰੀ ਉਮਰ ਹੋਊਗੀ ਤੇ 20 ਸਾਲ ਕੇਸ ਨੂੰ ਲੱਗ ਜਾਣੇ ਤੇ ਉੱਥੇ ਕਚਹਿਰੀਆਂ 'ਚ ਹੀ ਭੜਕਦਾ ਮਰ ਜਾਏਗਾ ਤੇ ਨਾਲੇ ਜਿਹੜਾ ਆਹ 10 ਲੱਖ ਹੈ ਇਹ ਵੀ ਜਾਊ ਤੇ ਨਾਲੇ ਕੀ ਕੱਢੇਗਾ ਉਹਦੇ 'ਚੋਂ? ਮੈਂ ਤਾਂ ਇਹੀ ਕਹਿਣਾ ਵੀ ਚੁੱਪ ਕਰਕੇ ਉਹਨਾਂ ਨੂੰ ਮਰਨ ਦੇ ਖੱਪਣ ਦੇ ਅਸੀਂ ਆਪੇ ਨਿਪਟਾਂਗੇ ਉਹਨਾਂ ਨਾਲ, ਤੂੰ ਸਾਈਡ 'ਤੇ ਹੋ ਜਾ। ਤੇ ਸਰਪੰਚਾ ਤੂੰ ਸਾਡੇ ਰਾਹ 'ਚ ਨਾ, ਕੀ ਕਰਨਾ ਉਹ ਲੋਕ ਪਤਾ ਕੀ ਕੁਛ ਕਹਿਣਗੇ, ਨਾਲੇ ਤਾਂ ਵੀ ਉਹਨਾਂ ਨੂੰ ਮਰਵਾਤਾ,
ਉਹਨਾਂ ਦੇ ਪੈਸੇ ਹੜੱਪ ਕਰ ਗਿਆ। ਲੋਕਾਂ ਨੇ ਤੈਨੂੰ ਹੀ ਗਾਲਾਂ ਦੇਣੀਆਂ ਨੇ। ਅੱਛਾ ਜੀ, ਹਾਂ ਠੀਕ ਆ, ਕੋਈ ਗੱਲ ਨੀ, ਮੈਂ ਤੁਹਾਡੀ ਗੱਲ ਸਮਝ ਗਿਆ। ਕੋਈ ਗੱਲ ਨੀ, ਆਹ ਪੈਸੇ ਦਿੱਤੇ ਨਾ ਆਪਦੇ ਤੁਸੀਂ ਲੈ ਜਾਓ, ਇਹਨਾਂ ਦੀ ਮੈਨੂੰ ਕੋਈ ਲੋੜ ਨਹੀਂ। ਬਾਕੀ ਰਹੀ ਗੱਲ ਸਾਈਡ ਵਾਲੀ, ਕੋਈ ਗੱਲ ਨੀ, ਜੇ ਤੁਸੀਂ ਸਾਈਡ ਤੇ ਕਹਿੰਦੇ ਆ ਮੈਂ ਆਪੇ ਸਾਈਡ ਤੇ ਹੋ ਜਾਊਂਗਾ, ਠੀਕ ਹੈ। ਅੱਛਾ ਹਾਂ, ਤੇ ਜੇ ਪੈਸੇ ਲੈ ਕੇ ਸਾਈਡ ਤੇ ਹੋ ਜਾਏ ਉਹ ਚੰਗਾ ਨੀ ਲੱਗਦਾ? ਨਹੀਂ ਨਹੀਂ, ਪੈਸੇ ਲੈ ਕੇ ਮੈਂ ਸਾਈਡ ਤੇ ਨਹੀਂ ਹੁੰਦਾ, ਨਾ ਹੀ ਤੈਨੂੰ ਪਤਾ ਮੈਨੂੰ ਕੋਈ ਖਰੀਦ ਸਕਦਾ ਤੇ ਨਾ ਹੀ ਮੈਂ ਖਰੀਦਦਾ ਜਾਵਾਂ। ਇਹ ਤਾਂ ਨੀ ਰਾਹ ਹੁਣ ਦਿੰਦਾ, ਹੁਣ ਚੰਨੀ ਪ੍ਰਧਾਨ ਨੂੰ ਜਾ ਕੇ ਕੀ ਕਹੇਗਾ। ਚਲੋ ਠੀਕ ਹੈ ਸਰਪੰਚ ਸਾਹਿਬ, ਜੇ ਤੁਹਾਨੂੰ ਕੁਛ ਕਹਿੰਦਾ ਸੀ ਤੂੰ? ਨਹੀਂ ਕੁਛ ਨੀ ਕਿਹਾ ਮੈਂ, ਬਸ ਇਹ ਗੱਲ ਸੁਨੇਹਾ ਜਾ ਕੇ ਮੇਰਾ ਜ਼ਰੂਰ ਲਾ ਦੇ ਚੰਨੀ ਨੂੰ, ਉਹ ਕਹਿੰਦਾ ਵੀ ਮੈਂ ਪੈਸੇ ਤਾਂ ਨਹੀਂ ਲੈਂਦਾ। ਬਾਕੀ ਗੱਲ ਰਹੀ ਸਾਈਡ ਵਾਲੀ, ਉਹ ਕਹਿੰਦਾ ਮੈਂ ਤਾਂ ਸਾਈਡ 'ਤੇ ਹੀ ਹਾਂ, ਬਸ ਉਹ ਆਪਣੀ ਗੱਲ ਸਾਰੀ ਸਮਝ ਜਾਊਗਾ। ਠੀਕ ਹੈ, ਵੀ ਸਰਪੰਚ ਨੇ ਕਿਹਾ ਉਹ ਕਹਿੰਦਾ ਮੈਂ ਤਾਂ ਸਾਈਡ 'ਤੇ ਹੀ ਹਾਂ, ਮੇਰਾ ਕੋਈ ਡਿੱਕਾ ਨਹੀਂ, ਜਿਹੜਾ ਕੁਛ ਕਰਨਾ ਤੁਸੀਂ ਕਰ ਲਓ, ਤੁਹਾਨੂੰ ਮੈਦਾਨ ਖੁੱਲ੍ਹੇ ਹੈ, ਠੀਕ ਹੈ। ਠੀਕ ਹੈ ਜੀ ਸਰਪੰਚ। ਹਾਂ ਹੱਥ ਹੋ ਗਈ, ਜੋੜਾ ਆ ਗਿਆ, ਸਰਪੰਚ ਨੂੰ ਸਿਖਾਉਂਦੇ ਆ, ਸਰਪੰਚ ਨੂੰ ਡਰਾਉਂਦੇ ਆ, ਆਹ ਦਿੰਦੇ 10 ਲੱਖ ਰੁਪਈਏ। ਉਹ ਇਹੋ ਜਿਹਾ 10 ਲੱਖ ਰੁਪਈਏ ਦਾ ਸਰਪੰਚ 24 ਘੰਟੇ ਜੇਬ 'ਚ ਪਾ ਕੇ ਘੁੰਮਦਾ। ਜੇ ਆਹ ਪੈਸਾ ਮੰਗਣੇ ਜਾਣਾ ਹੁੰਦਾ ਅੱਜ ਨੂੰ ਤਾਂ ਬਹੁਤ ਕੁਛ ਬਣਾ ਲੈਂਦਾ ਮੈਂ। ਮਤਲਬ ਕਿਤੇ ਇੱਕ ਗੱਲ ਹੀ ਸੋਚੀ ਆ ਵੀ ਗਰੀਬ ਦਾ ਭਲਾ ਕਰਨਾ ਸਭ ਤੋਂ ਪਹਿਲੀ ਗੱਲ ਇਹੀ ਹੈ, ਮੈਥੋਂ ਨਾ ਹੀ ਕਿਸੇ ਦਾ ਗਲਤ ਹੋਇਆ ਅਤੇ ਨਾ ਹੀ ਹੋਵੇ। ਬਾਕੀ ਰਹੀ ਗੱਲ ਸਾਈਡ ਵਾਲੀ, ਮਤਲਬ ਪਹਿਲਾਂ ਸਾਈਡ 'ਤੇ ਹੋ ਹੀ ਗਿਆ ਸੀਗਾ, ਹੁਣ ਮੈਨੂੰ ਲੱਗਦਾ ਕੋਈ ਨਾ ਕੋਈ ਕਾਰਨਾਮਾ ਜ਼ਰੂਰ ਕਰਨਗੇ, ਹੁਣ ਮੈਨੂੰ ਸਾਈਡ 'ਤੇ ਹੋਣ ਦੀ ਬਜਾਏ ਵਿਚਾਲੇ ਖੜ੍ਹਨਾ ਪਊ, ਹੁਣ ਤਾਂ ਰਾਹ ਰੋਕਣਾ ਪਊ ਚੰਨ ਸਿਆ। ਚੱਲ ਠੀਕ ਹੈ ਬੇਬੇ, ਆ ਜਾਓ ਅੰਕਲ ਜੀ ਬਹਿ ਜਾਓ। ਠੀਕ ਹੈ ਭਾਈ? ਹਾਂਜੀ ਹਾਂਜੀ, ਤੁਸੀਂ ਠੀਕ ਹੋ? ਹਾਂ ਠੀਕ ਹੈ। ਤੇਰੀ ਬੇਬੇ ਬਾਗੀ? ਨਾ ਨਾ ਬੇਬੇ ਉਰੀ ਹੈ। ਅੱਛਾ, ਮੈਂ ਕਿਹਾ ਬਾਗੀ ਚਲਾ ਆ ਗਈ। ਠੀਕ ਹੈ ਠੀਕ ਹੈ, ਵਧੀਆ, ਤੁਸੀਂ ਦੱਸੋ। ਬਹਿ ਬੇਬੇ। ਨਾ ਨਾ ਬਸ ਸਰ, ਕਾਹੇ ਲੋੜ ਨਹੀਂ ਬੇਬੇ, ਮੈਂ ਤਾਂ ਤੁਹਾਡੇ ਕੋਲ ਇੱਕ ਕੰਮ ਆਇਆ ਸੀਗਾ। ਮੈਨੂੰ ਨਾ ਮਾਹੌਲ ਜਿਹਾ ਠੀਕ ਨਹੀਂ ਲੱਗਦਾ, ਮੈਂ ਤੁਹਾਨੂੰ ਐਂ ਕਹਿੰਦਾ ਸੀ 2-4 ਦਿਨਾਂ ਦਾ ਗੱਲ ਹੁੰਦੀ ਹੈ, 2-4 ਦਿਨ ਤੁਸੀਂ ਮੇਰੇ ਘਰੇ ਰਹੋ। ਪਰ ਮੇਰਾ ਤਾਂ ਕਿਤੇ ਨੀ ਜੀ ਲੱਗਦਾ ਹੈਗਾ ਆਪਦੇ ਘਰ ਤੋਂ ਬਿਨਾਂ, ਮੈਂ ਤਾਂ ਕਿਤੇ ਜਾਂਦੀ ਨੀ। ਬੇਬੇ ਜਾਂਦੀ ਇਹਨੂੰ ਲੈ ਜਾਓ, ਨਾਲੇ ਨਾ ਆਪਾਂ ਹੁਣ ਤਾਂ ਡਰਦੇ ਹੈਗੇ ਗੱਠੇ ਜੇ ਤੋਂ, ਐ ਡਰ ਡਰ ਕੇ ਥੋੜਾ ਟਾਈਮ ਪਾਸ ਹੋਊਗਾ। ਭਾਈ ਗੱਲ ਡਰਨ ਵਾਲੀ ਨਹੀਂ, ਮੈਂ ਤੁਹਾਨੂੰ ਡਰਨ ਵਾਲੀ ਗੱਲ ਨਹੀਂ ਕਹਿੰਦਾ, ਤੁਸੀਂ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਬੇਬੇ ਮੈਂ ਕਹਿੰਦਾ ਸੀਗਾ, ਤੁਸੀਂ ਮੇਰੀ ਗੱਲ ਨੂੰ ਸਮਝੋ, ਕੋਈ ਮੈਂ ਜਾਣ ਬੁੱਝ ਕੇ ਨਹੀਂ ਕਹਿੰਦਾ, ਤੇ ਜਿਹੜੀ ਮੈਂ ਗੱਲ ਤੁਹਾਨੂੰ ਕਹਿਣਾ ਨਾ ਸੋਚ ਸਮਝ ਕੇ ਕਹਿਣਾ ਗਾ। ਉਹ ਤਾਂ ਠੀਕ ਹੈ, ਉਹ ਤਾਂ ਡਰ ਡਰ ਕੇ ਟਾਈਮ ਪਾਸ ਕਿਵੇਂ ਕਰਾਂਗੀਆਂ, ਐ ਅਸੀਂ ਨਹੀਂ ਜਾਂਦੇ ਐ। ਓਹੋ ਬੇਬੇ, ਲੱਗਦਾ ਨਾ ਮੈਨੂੰ ਗੱਲ ਕਰਨੀ ਪਊਗੀ, ਮੈਂ ਜਿਹੜੀ ਤੈਨੂੰ ਗੱਲ ਸਮਝਾਉਣੀ ਚਾਹੁੰਦਾ ਉਹ ਤੂੰ ਸਮਝ ਨਹੀਂ ਗਈ, ਮੈਂ ਤੈਨੂੰ ਵਾਰੀ ਵਾਰੀ ਗੱਲ ਕਹੀ ਜਾਂਦਾ। ਉਹ ਬੰਦਾ ਹੈਗਾ ਹੋਰ ਹਿਸਾਬ ਦਾ, ਇੱਕ ਤਾਂ ਰਿਸ਼ਤੇਦਾਰਾਂ ਨੂੰ ਸਮਝਦਾ ਹੁੰਦਾ, ਉਹ ਕੋਈ ਰਿਸ਼ਤੇਦਾਰੀ ਨਹੀਂ ਸਮਝਦਾ, ਕੋਈ ਕੁਛ ਨਹੀਂ ਸਮਝਦਾ, ਨਾ ਉਹ ਚੜ੍ਹੀ ਦੀ ਆ ਨਾ ਲੱਥੀ ਦੀ ਆ, ਉਹ ਜਾਂਦਾ ਪੈਸੇ ਮਗਰ, ਅਤੇ ਚਾਹੇ ਜਾਂਦਾ ਵੀ ਉਹਦੇ ਮਗਰ ਆ ਵੀ ਮੈਨੂੰ ਮੂਹਰੇ ਸੀਟ ਹੀ ਮਿਲ ਜੂਗੀ, ਵੀ ਮਾਤਰੇ ਛਾਤਰੇ ਦੇ ਕੰਮ ਕਰਦੇ ਹਾਂ। ਜੇ ਹੁਣ ਛੋਟੇ ਵਾਲਾ ਬਹਾਨਾ ਕਿਸੇ ਨੂੰ ਦਵਾਤਾ, ਬਸ ਅਗਲੇ ਨੂੰ ਆਇਆ ਵੀ ਬਹਾਨਾ ਦਵਾਤਾ, ਇਹ ਭਾਲਦਾ ਸੀਟਾਂ ਦਾ ਭੁੱਖਾ ਗਾ, ਸੀਟਾਂ ਉਹਨੂੰ ਆਏ ਨਹੀਂ ਪਤਾ, ਸੀਟਾਂ ਆਏ ਨਹੀਂ ਮਿਲਦੀਆਂ ਹੁੰਦੀਆਂ, ਕੰਮ ਕਰਕੇ ਮਿਲਦੀਆਂ ਹੁੰਦੀਆਂ, ਠੀਕ ਹੈ ਗੱਲ। ਉਹ ਕੁਛ ਵੀ ਕਰ ਸਕਦਾ ਬੰਦਾ, ਕੱਲ੍ਹ ਨੂੰ ਜੇ ਉੱਨੀ ਉੱਕੀ ਹੋ ਗਈ ਫਿਰ ਤੈਨੂੰ ਆਪ ਹੀ ਪਤਾ ਗਾ, ਬਾਅਦ 'ਚ ਆਪਾਂ ਪਛਤਾਉਣੇ
ਅੰਕਲ ਹੁਣ ਤਾਂ ਦੇਖੀ ਜਾਊਗੀ 19 ਹੋਵੇ 21 ਹੋਵੇ ਜੋ ਮਰਜ਼ੀ ਹੋਵੇ ਸੀਟ ਤੁਹਾਨੂੰ ਇਹੋ ਜਿਹੀ ਦਿਵਾਵਾਂਗੇ ਜਿਹੜੀ ਜ਼ਿਆਦਾ ਰੱਖੂਗਾ ਉਹ ਨਹੀਂ ਭਾਈ ਗੱਲ ਸੀਟ ਦੀ ਨਹੀਂ ਮੈਂ ਕਹਿੰਦਾ ਚੱਲ ਤੁਸੀਂ ਤਾਂ ਨਹੀਂ ਦਿਵਾਓਗੇ ਕੱਲ ਨੂੰ ਉਹਦਾ ਕੀ ਪਤਾਗਾ ਆਪਣਾ ਵੀ ਦੋ ਬੰਦੇ ਭੇਜਦੇ ਇੱਥੇ ਮਾਰਕੀਟ ਠਾਠਾ ਜਿਹੜੇ ਬੰਦੇ ਦਾ ਦਿਮਾਗ ਨਾ ਉਹਦਾ ਦਿਮਾਗ ਹੋਰ ਹਿਸਾਬ ਦਾ ਉਲਟਾ ਦਿਮਾਗ ਉਹਦਾ ਉਹਦੀ ਹੈ ਹੀ ਨਹੀਂ ਬੇਬੇ ਨਹੀਂ ਹੁਣ ਤਾਂ ਮਰਨਾ ਹੀ ਮਨਜ਼ੂਰ ਉਹ ਬੰਦਾ ਇਹ ਆ ਜਿਹਨੂੰ ਮਾਰਨਾ ਹੁੰਦਾ ਉਹਨੂੰ ਤਾਂ ਮਾਰਦਾ ਨਹੀਂ ਦੂਜੇ ਨੂੰ ਮਾਰ ਦਿੰਦਾ ਉਹ ਇਹ ਦਿਮਾਗ ਦਾ ਬੰਦਾ ਆਹ ਮਲੰਗ ਘਰੋਂ ਘਰ ਵਾਲੀ ਕੁਛ ਕਹਿੰਦੀ ਨੀ ਹੈਗੀ ਬੇਲੇ ਕੀ ਹੋ ਰਹੀ ਹੈ ਉਹਦੇ ਨਾਲ ਦੀ ਬਸ ਹੋਰ ਕੀ ਆ ਆਹੀ ਕੁਛ ਕਰਨ ਜਾਣਦਾ ਮੈਂ ਤਾਂ ਦੇਖ ਪੁੱਤ ਖਾਈ ਪੀ ਬੈਠੇ ਮੈਨੂੰ ਮਾਰਦੇ ਮੈਨੂੰ ਕੋਈ ਦਿੱਕਤ ਨਹੀਂ ਪਰ ਇਹਦਾ ਨਾ ਬਾਲ ਬਿੰਗਾ ਹੋ ਜੇ ਇਹ ਮੰਮੀ ਕੁਛ ਨਹੀਂ ਹੁੰਦਾ ਬੇਬੇ ਤੂੰ ਡਰਨਾ ਇਹ ਤਾਂ ਪਹਿਲਾਂ ਇੰਨਾ ਡਰਦੀ ਸੀ ਜਮੀ ਡਰ ਨੂੰ ਹਟ ਗਈ ਮੈਨੂੰ ਲੱਗਦਾ ਇਹਨੂੰ ਵੀ ਕੋਈ ਦਵਾਈ ਦਵਾਈ ਦਾ ਤੂੰ ਕਿਤੇ ਹੋਰ ਸਾ ਇਹ ਪਹਿਲਾਂ ਇੰਨਾ ਡਰਦੀ ਹੁੰਦੀ ਸੀ ਹੁਣ ਇਹਦੇ ਡਰ ਨੇੜੇ ਤੇੜੇ ਵੀ ਨਹੀਂਗਾ ਮੈਨੂੰ ਲੱਗਦਾ ਕੋਈ ਹੋਰ ਤਾਂ ਨਹੀਂ ਗੱਲ ਮਾੜਾ ਮੋਟਾ ਡਾਕਟਰ ਨੂੰ ਦਿਖਾ ਲੈਂਦੀ ਹੁਣ ਨਹੀਂ ਡਰਦੀ ਡਰਦੀ ਹੈਗੀ ਅੰਕਲ ਮੇਰੇ ਤਾਂ ਡਰ ਹੁਣ ਖੁੱਲਿਆ ਮੇਰੀ ਮਾਂ ਨੇ ਤਾਂ ਉਹੀ ਮੈਨੂੰ ਦੱਬ ਕੇ ਰੱਖੀ ਰੱਖਿਆ ਸਾਈਕਲ ਨਹੀਂ ਸਿੱਖਣ ਦਿੱਤਾ ਛੋਟੀ ਹੁੰਦੀ ਨੂੰ ਅਖੇ ਡਿੱਗ ਜਾਏਗੀ ਸੱਟ ਵੱਜੂਗੀ ਮੈਨੂੰ ਤਾਂ ਦੁਨੀਆਦਾਰੀ ਦੀ ਹੁਣ ਪਤਾ ਲੱਗਿਆ ਤੁਹਾਨੂੰ ਸਾਈਕਲ ਸਿੱਖਣ ਦੀ ਲੱਗੀ ਪਈ ਆ ਮੇਰੇ ਜਾਨ ਨੂੰ ਭਾਰੀ ਬਣੀ ਪਈ ਆ ਅੰਕਲ ਜਮਾ ਟੈਨਸ਼ਨ ਨਾ ਲੈ ਮੈਂ ਹੈਗੀ ਇਕੱਲੀ ਆਪ ਹੀ ਲੜ ਲੂੰ ਬਥੇਰਾ ਉਹਦੇ ਨਾਲ ਜੇ ਬੇਬੇ ਤੈਨੂੰ ਡਰ ਲੱਗਦਾ ਤੂੰ ਵੀ ਅੰਕਲ ਨਾਲ ਵਗ ਜਾ ਜੇ ਰਹਿਣਾ ਤਾਂ ਰਹਿ ਜਾ ਕੀ ਗੱਲ ਨਹੀਂ ਭਾਈ ਲੈ ਆ ਮੁੱਚਾ ਫੜਾ ਤਾਂ ਛੜਾ ਕੇ ਦਿਖਾ ਅੰਕਲ ਤੇਰੀ ਗੱਲ ਹੋਰ ਆ ਤੂੰ ਤਾਂ ਫੜ ਲੈ ਮੈਂ ਤਾਂ ਵੀ ਨਹੀਂ ਛੁਡਾਉਂਦੀ ਹੈਗੀ ਵੀ ਤੂੰ ਮੇਰੇ ਪਿਓ ਵਰਗਾ ਗੱਲ ਤਾਂ ਉਹਦੀ ਆ ਟਿੰਡੇ ਜੇ ਦੀ ਉਹ ਟਿੰਡੇ ਦੀ ਉਹਨੇ ਆ ਕੇ ਵੱਢ ਕੇ ਤੁਸਰਾ ਨਹੀਂ ਜਿਹੜਾ ਬੰਦਾ ਹੁੰਦਾ ਬੰਦਾ ਬੰਦੇ ਹੁੰਦਾ ਇਹਨੂੰ ਸਮਝਾ ਦੇ ਬੇਬੇ ਮੈਂ ਕੀ ਕਹਿਣਾ ਚਾਹਣਾ ਕਿਉਂ ਨਹੀਂ ਇਹਦੇ ਖਾਨੇ ਚਾਹੁੰਦੀ ਬੇਬੇ ਮੈਂ ਤਾਂ ਰੋਜ਼ ਜਾਣਾ ਤੁਸੀਂ ਦੋ ਜਾਣੀ ਆ ਭਵੇਂ ਤਾਂ ਨਹੀਂ ਉਸ ਕਰ ਸਕਦੇ ਗੱਲ ਐ ਆ ਪੁੱਤ ਵੀ ਆਪਾਂ ਟਾਲ ਜੀਏ ਇਹਨਾਂ ਦੀ ਗੱਲ ਵੀ ਸਹੀ ਆ ਦੋ ਚਾਰ ਦਿਨ ਆਪਾਂ ਟਾਲ ਜੀਏ ਤਾਲਾ ਹੁੰਦਾ ਇੱਕ ਗੱਲ ਜੇ ਆਪਾਂ ਟਾਲ ਜਾਾਂਗੇ ਉਹ ਚੰਗੀ ਹੁੰਦੀ ਆ ਮੇਰਾ ਕਹਿਣ ਦਾ ਮਤਲਬ ਇਹ ਆ ਮੈਂ ਤੈਨੂੰ ਆਏ ਨਹੀਂ ਕਹਿੰਦਾ ਤੂੰ ਡਰਦੀ ਆ ਜਾਂ ਡਰਦੀ ਰਹਿ ਜਾ ਕੋਈ ਡਰਦੀ ਨਹੀਂ ਮੈਂ ਤੈਨੂੰ ਕਹਿੰਦਾ ਇੱਕ ਵਾਰੀ ਬੰਦਾ ਮੌਕਾ ਸੰਭਾਲ ਲੈ ਚੰਗਾ ਰਹਿੰਦਾ ਆਪਾਂ ਘਰ ਥੋੜੀ ਛੱਡ ਕੇ ਜਾਣਾ ਮੁੰਡੇ ਨਾਲ ਗੱਲ ਖੋਲੋ ਵੀ ਰਹਿਣਾ ਇੱਥੇ ਪਊਗਾ ਮੈਂ ਘਰ ਉਹਦੇ ਵੀ ਨਹੀਂ ਤੁਸੀਂ ਤੜਕੇ ਤਿਆਰ ਰਹੋ ਕੋਈ ਖਰਚਾ ਨਹੀਂ ਕੁਛ ਖੱਪਾ ਨਹੀਂ ਬਸ ਆਪਾਂ ਜਾਣਾ ਗਾ ਦੋਨੇ ਜਾਣੇ ਤੁਸੀਂ ਆ ਉੱਧਰ ਇਕੱਲਾ ਹੀ ਮੁੰਡਾ ਗਾ ਤਾਂ ਨਾ ਕੋਈ ਮੁੰਡੇ ਦੇ ਅੱਗੇ ਨਾ ਪਿੱਛੇ ਠੀਕ ਹੈ ਵੀ ਚੁੱਪ ਕਰਕੇ 20 ਮਿੰਟਾਂ 'ਚ ਘਰੇ ਆ ਜਾਂਗੇ ਬਸ ਐਂ ਹੀ ਕਰਾਂਗੇ ਜਿੰਮੇਵਾਰੀ ਤੁਹਾਡੀ ਹੋਵੇ ਅੰਕਲ ਕੱਲ ਨੂੰ ਕੋਈ ਮੁੰਡਾ ਨਸ਼ੇ ਨੁਸ਼ੇ ਵਾਲਾ ਹੋਵੇ ਮੇਰੇ ਤੋਂ ਉਹਦੇ ਨਸ਼ੇ ਨਹੀਂ ਪੂਰੇ ਹੋਣੇ ਹੈਗੇ ਫਿਰ ਹਾਂ ਇਹ ਵੀ ਦੇਖ ਲਓ ਉਹ ਕੋਈ ਗੱਲ ਨਹੀਂ ਭਾਈ ਉਹ ਭਾਈ ਨਸ਼ੇ ਵਾਲੇ ਦੇਖੀ ਗੱਲ ਉਹ ਕਿਹੜਾ ਬਾਹਲ ਹੀ ਖਾਂਦਾ ਕਿਲੋ ਭੁੱਖੀ ਰੋਜ਼ ਦੀ ਖਾਂਦਾ ਕਿਲੋ ਤੈਨੂੰ ਪਤਾ ਕੀ ਬਾਹਲ ਹੀ ਹੁੰਦੀ ਆ ਤੋਲਾ 2 ਕਿਲੋ ਫੀਮ ਦੇ ਖਾ ਜਾਂਦਾ ਗਾ ਹੋਰ ਤਾਂ ਕੁਛ ਖਾਂਦਾ ਨੀਗਾ ਅੰਕਲ ਚਿੱਟਾ ਬਾਹਲਾ ਨਹੀਂ ਲਾਉਂਦਾ 20,000 ਦਾ ਇੱਕ ਦਿਨ ਚਲਾਉਂਦਾ ਬੇਬੇ ਤੂੰ ਬਾਹਲਾ ਨਹੀਂ ਦਿੱਤਾ ਉਹੀ ਮਾਰਦੇ ਫਿਰ ਤੇ ਗੱਲ ਹੋਰ ਫਿਰ ਅੰਕਲ ਤੇ ਤਾਂ ਚੌੜ ਕਰੀ ਜਾਂਦਾ ਚੌੜ ਵਾਲੀ ਗੱਲ ਨਹੀਂ ਜੇ ਤੈਨੂੰ ਪਤਾ ਗਾ ਵੀ ਮੈਨੂੰ ਭਾਈ ਇਹ ਮਾੜੇ ਥਾਂ ਖੜਾ ਹੁੰਦਾ ਨਹੀਂ ਤੈਨੂੰ ਇਹ ਗੱਲ ਕਹਿਣ ਦੀ ਲੋੜ ਹੀ ਨਹੀਂ ਚਲ ਚੰਗਾ ਅੰਕਲ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਉਵੇਂ ਕਰ ਲੈ ਤੇ ਬਸ ਫਿਰ ਇਹ ਗੱਲ ਤੂੰ ਪਹਿਲੀ ਹੋ ਜਾਂਦੀ ਤੈਨੂੰ ਪਤਾ ਵੀ ਮਾੜੇ ਥਾਂ ਮੈਨੂੰ ਕਿਵੇਂ ਖੜਾਊਗਾ ਉਹੀ ਫੇਰ ਗੱਲ ਉਹ ਜਿਹੜੀ ਗੱਲ ਤੂੰ ਕਹਿਣੀ ਨਾ ਇਹ ਗੱਲ ਮੈਂ ਪਹਿਲਾਂ ਪੁੱਛਦਾ ਉਹਨਾਂ ਦਾ ਮੈਂ ਤੈਨੂੰ ਡੋਬ ਕੇ ਰਾਜੀ ਹਾਂ ਜਾਂ ਮੈਨੂੰ ਕੁਛ ਮਿਲੂ ਕਿ ਮੇਰੇ ਕੋਲ ਕੁਛ ਹੈ ਨਹੀਂ ਕਿ ਮੈਨੂੰ ਸਾਂਪਾਂ ਚਾਹੀਦੀਆਂ ਨਾ ਮੈਨੂੰ ਸਾਂਪਾਂ ਚਾਹੀਦੀਆਂ ਨਾ ਮੈਨੂੰ ਕੁਛ ਚਾਹੀਦਾ ਮੈਂ ਤਾਂ ਐਂ ਕਹਿੰਦਾ ਵੀ ਤੇਰਾ ਘਰ ਵਾਜੇ ਵੀ ਚੱਲ ਮੈਨੂੰ ਹੁਣ ਤੂੰ ਮੇਰੇ ਨਾਲ ਤਾਂ ਜਾਂਦੀ ਨਹੀਂ ਮੇਰੇ ਘਰੇ ਵੀ ਚੱਲ ਸਹਾਰਾ ਹੋ ਜੂਗਾ ਇੱਥੇ ਚੱਲ ਬੰਦਾ ਹੋਵੇ ਘਰੇ ਬੰਦੇ ਦੀ ਗੱਲ ਕੁਛ ਹੋਰ ਹੁੰਦੀ ਆ ਇਹ ਤਾਂ ਬੇਬੇ ਤੂੰ ਗੱਲ ਮੰਨਦੀ ਆ ਤੂੰ ਵੀ ਆ ਦੇ ਘਰੇ ਜਾਂਦੀ ਹੋ ਜਾਏਗੀ ਹੁਣ ਤੂੰ ਇੱਥੇ ਕਿੰਨਾ ਚਿਰ ਬੈਠੀ ਰਹੀ ਮੈਂ ਮਾਰੀ ਬੈਠੀ ਆ ਘਰੇ ਵੀ ਇਕੱਲੇ ਨੇ ਮਾਂ ਪੁੱਤ ਤੂੰ ਇੱਥੇ ਬੈਠਾ ਤੇਰੇ ਦੋਤਾ ਉੱਥੇ ਲੰਕੀ ਜਾਂਦਾ ਤੇ ਹੋਰ ਹੁਣ ਇਹ ਗੱਲਾਂ ਵਾ ਨਾ ਸੋਚਣ ਵਾਲੀਆਂ ਹੁੰਦੀਆਂ ਗੱਲਾਂ ਦਿਮਾਗ ਚ ਆਉਂਦੀਆਂ ਨਹੀਂ ਹੁੰਦੀਆਂ ਜਾਂ ਪਾਈਆਂ ਨਹੀਂ ਜਾਂਦੀਆਂ ਹੁੰਦੀਆਂ ਇਹਨਾਂ ਗੱਲਾਂ ਨੇ ਇੱਕ ਗੱਲ ਦਾ ਟਾਈਮ ਹੁੰਦਾ ਇੱਕ ਦੀ
ਜਿਹੜੀ ਮੈਂ ਗੱਲ ਕਹਿਣਾ ਹੀ ਆ ਫੋਟ ਵੀ ਸਮਾਂ ਸਮਾਂ ਹੁੰਦਾ ਸਮਾਂ ਸਮਾਂ ਸਮਰੱਥ ਬਾਬੇ ਨਾਨਕ ਨੇ ਵੀ ਕਿਹਾ ਹੈਗਾ ਸਹੀ ਗੱਲ ਹੈ ਪੁੱਤ ਚਲੋ ਸਾਰੀਆਂ ਗੱਲਾਂ ਛੱਡੋ ਜੇ ਕੋਈ ਕੁਛ ਨਹੀਂ ਕਰਨਾ ਨਾ ਤੁਹਾਨੂੰ ਕੋਈ ਪੈਸੇ ਦੀ ਲੋੜ ਆ ਨਾ ਟਕੇ ਦੀ ਲੋੜ ਆ ਸਭ ਐਵੇਂ ਇੰਤਜ਼ਾਮ ਕਰ ਲਓ ਤੁਸੀਂ ਤੜਕੇ ਦੋਨੇ ਜਾਣੇ ਤਿਆਰ ਰਹੋ 20 ਮਿੰਟਾਂ 'ਚ ਆਪਾਂ ਘਰੇ ਆ ਗਏ ਠੀਕ ਹੈ ਬਸ ਸਾਰੀਆਂ ਗੱਲਾਂ ਛੱਡੋ ਨਹੀਂ ਜਾਣਾ ਕਿਤੇ ਨਾ ਜਾ ਇੰਨੀ ਕਿਤਾਬ ਇਹ ਵੀ ਮੰਨ ਲਾ ਚੱਲ ਬੇਬੇ ਠੀਕ ਆ ਫਿਰ ਚੱਲ ਦੇਖੀ ਜਾਓ ਜਿਹੜਾ ਕੁਛ ਹੋਊਗਾ ਤੈਨੂੰ ਬੇਬੇ ਜਾਣ ਦੀ ਕਾਲੀ ਹੋਈ ਹੋਈ ਆ ਬਸ ਹੋਰ ਆਪਦੇ ਘਰ ਦਾ ਹਰੇਕ ਕੁੜੀ ਨੂੰ ਹੁੰਦਾ ਆਪਦੇ ਘਰੇ ਜਾਣ ਚੱਲ ਚੰਗਾ ਹੁਣੇ ਛੱਡ ਕੇ ਆਵਾ ਨਾ ਨਾ ਤੇਰਾ ਵਿਆਹ ਕਰਕੇ ਫੇਰ ਚੱਲ ਚੰਗਾ ਚਾਲੇ ਕਿਉਂ ਨਹੀਂ ਬਣਾ ਕੇ ਗੁੱਟਕਾ ਦੇਖ ਬਿਕਰਾ ਮੈਂ ਤਾਂ ਬਹੁਤ ਸਮਝਾ ਲਿਆ ਮੈਂ ਦੂਜੇ ਲੋਟੀ ਸਮਝਾਉਂਗਾ ਜੇ ਤੇਰੇ ਸਮਝ ਚ ਆਉਂਦੀ ਹੈ ਗੱਲ ਦੇਖ ਲੈ ਤੁਸੀਂ ਰੁਕੋ ਕਿਉਂ ਭਾਈ ਮਹਿੰਦਰੇ ਇਹ ਗੱਲ ਗਲਤ ਤਾਂ ਨਹੀਂ ਕਹਿ ਰਿਹਾ ਪ੍ਰਧਾਨ ਜੀ ਤੁਸੀਂ ਸੋਚਦੇ ਕਿਉਂ ਨਹੀਂ ਨਾਲੇ ਤੁਹਾਡੇ ਘਰੇ ਪੈਸਿਆਂ ਦਾ ਢੇਰ ਲੱਗਦਾ ਤੇ ਨਾਲੇ ਤੁਹਾਡੀ ਜ਼ਮੀਨ ਦਾ ਰੌਲਾ ਮੁੱਕਦਾ ਜੇ ਇਹਦੇ ਨਾ ਹੋਗੀ ਮੁੜ ਕੇ ਤੁਹਾਨੂੰ ਕਿਸੇ ਨੇ ਨਹੀਂ ਕਹਾਉਣਾ ਤੁਹਾਡੀ ਜ਼ਮੀਨ ਦੇ 10 ਰੁਪਏ ਵੀ ਵੱਟੇ ਜਾਣਗੇ ਨਾਲੇ ਕਿੱਥੇ 30 ਲੱਖ ਦੀ ਸੀ ਆ 20 ਲੱਖ ਦੀ ਸੀ ਕਿੱਥੇ 30 ਲੱਖ ਦੇਈ ਜਾਂਦਾ ਇਹ ਹੋਰ ਤੁਸੀਂ ਕੀ ਭਾਲਦੇ ਹੋ ਉਹ ਤਾਂ ਠੀਕ ਹੈ ਬਾਈ ਜੀ ਮੈਂ ਐਂ ਸੋਚਦੀ ਸੀ ਵੀ ਕਿਹੜਾ ਕੁੜੀ ਨੂੰ ਬਾਹਰੋਂ ਉਠਾ ਦੇ ਕੁੜੀ ਬਾਹਰੋਂ ਉਠਾਈ ਜਾਓ ਨਾਲੇ ਪੈਸੇ ਬਚ ਜਾਣਗੇ ਨਾਲੇ ਤੁਸੀਂ ਜਗ੍ਹਾ ਹੋਰ ਵੀ ਲੈ ਲਓਗੇ ਉਹ ਵੀ ਅਸੀਂ ਦਵਾ ਦਿਆਂਗੇ ਪਰ ਜਿਹੜੀ ਇਹ ਹੈ ਵਾਹਨ ਇਹ ਇਹਦੇ ਕਬਜ਼ੇ 'ਚ ਕਰੋ ਦੇਖ ਬੇਬੇ ਮੈਂ ਪਿਆਰ ਨਾਲ ਆਇਆ ਦੋ ਵਾਰੀ ਮੈਂ ਪਿਆਰ ਨਾਲ ਜੇ ਬਦਮਾਸ਼ੀ ਨਾਲ ਆ ਗਿਆ ਨਾ ਨਾਲੇ ਤੁਹਾਡੀ ਜ਼ਮੀਨ ਜਾਊਗੀ ਨਾਲੇ ਤੁਹਾਡੀ ਲੱਤ ਬਾਂਹ ਟੁੱਟੂਗੀ ਦੇਖ ਲੈ ਬੁੱਢੇ ਟਾਈਮ ਹੱਡ ਵੀ ਨਹੀਂ ਜੁੜਦੇ ਹੁੰਦੇ ਕੀ ਚੱਕਰ ਹੈ ਬੇਬੇ ਕੀ ਚੱਕਰ ਹੈ ਆ ਸੁਣ ਲਾ ਉਹ ਮੈਂ ਲੈਣੀ ਤਾਂ ਜ਼ਮੀਨ ਆ ਜੇ ਪਿਆਰ ਨਾਲ ਦੇ ਦੇਂਗੀ ਠੀਕ ਆ ਨਹੀਂ ਤੇ ਡੰਡੇ ਜੋੜ ਤੇ ਤਾਂ ਲੈ ਹੀ ਲੈਣੀ ਆ ਪ੍ਰਧਾਨ ਜੀ ਸਹੀ ਕਹਿੰਦਾ ਨਾਲੇ ਤੁਹਾਡੀ ਜ਼ਮੀਨ ਜਾਊ ਨਾਲੇ ਪੈਸਾ ਨਹੀਂ ਮਿਲਣਾ ਤੇ ਨਾਲੇ ਇੱਕ ਅੱਧੇ ਦਾ ਕਾਤਲ ਹੋ ਜੂ ਅੱਛਾ ਅੱਛਾ ਤੂੰ ਕੱਲਾ ਘੱਟ ਸੀ ਜਿਹੜਾ ਸਿੰਗਲ ਹੱਡੀ ਬੀੜੀ ਜੀ ਨੂੰ ਨਾਲ ਲੈ ਕੇ ਆਇਆ ਹੈ ਪੁੱਤ ਮੰਨ ਜਾ ਐਵੇਂ ਪੈਰ ਪੈ ਜੂਗਾ ਮਾਂ ਤੈਨੂੰ ਪਹਿਲਾਂ ਵੀ ਕਿਹਾ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜੇ ਤੈਨੂੰ ਕਹਿ ਹੀ ਦਿੱਤਾ ਇੱਕ ਵਾਰੀ ਵੀ ਅਸੀਂ ਜ਼ਮੀਨ ਨਹੀਂ ਵੇਚਣੀ ਤੇ ਫਿਰ ਹੁਣ ਵਾਰੀ ਵਾਰੀ ਘਵਾਉਣਾ ਚੰਗਾ ਹੈ ਉਹ ਬਿਕਰਾ ਉਹ ਤੈਨੂੰ ਮੈਂ ਕਿਹਾ ਸੀ ਵੀ ਨਾਲ ਚੱਕ ਲੈਂਦੇ ਤਿਆਰ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਹੁੰਦੀ ਕੋਈ ਗੱਲ ਨਹੀਂ ਕੁੱਤੇ ਵੀ ਨਾ ਇਹ ਸਰਪੰਚ ਦਾ ਕੋਈ ਗੱਲ ਨਹੀਂ ਕੁੱਤੇ ਦੀ ਪੂਛ ਜੇ ਨਹੀਂ ਸਿੱਧੀ ਹੁੰਦੀ ਨਾ ਤਾਂ ਫਿਰ ਆਪਾਂ ਕਰ ਲਾਂਗੇ ਕੋਈ ਟੈਨਸ਼ਨ ਨਾ ਲੈ ਰੀਤ ਪ੍ਰਧਾਨ ਸਹੀ ਕਹਿੰਦਾ ਦੇਖ ਲੈ ਹੁਣ ਮੌਕਾ ਨਾ ਖੰਜਾਓ ਤੁਸੀਂ ਜੇ ਇਹ ਆਪਦੀ ਆਈ ਤੇ ਆ ਗਿਆ ਫਿਰ ਕੰਮ ਗਲਤ ਹੋ ਜੂ ਵੇਹ ਪ੍ਰਧਾਨ ਬਣਾਇਆ ਕਿ ਨਹੀਂ ਹਲੇ ਤਾਂ ਉਹੀ ਫਿਰਦਾ ਵਿੱਚ ਤੈਨੂੰ ਨਹੀਂ ਪਤਾ ਫਿਰ ਹਜੇ ਪ੍ਰਧਾਨ ਜੀ ਫਿਰ ਹੁਣ ਇਹ ਤੋਂ ਬਾਅਦ ਕਿਤੋਂ ਕੰਮ ਲਵਾਂਗੇ ਜੇ ਹੁਣੀ ਚਬਰ ਚਬਰ ਬੋਲੀ ਜਾਂਦੀ ਹੈ ਪੁੱਤ ਮੈਂ ਤੈਨੂੰ ਕਿਹਾ ਸੀ ਓਏ ਨਹੀਂ ਮੁੱਠ ਤੂੰ ਪਾਸੇ ਮਾਰਨੀ ਕਿਉਂ ਨਹੀਂ ਨਬੇੜੇ ਨਬੇੜਾ ਗਾਲ ਮੁੱਠੇ ਤੇ ਧਰ ਇਹਦਾ ਫੜ ਜਾ ਫੜ ਇਹ ਪਾਣੀਆਂ ਪ੍ਰਧਾਨ ਜੀ ਮਰ ਜੂਗੀ ਰਹਿਣ ਦੇ ਹੁਣ ਦੱਸ ਕੀ ਕਹਿੰਦੀ ਸੀ ਅਤੇ ਬਿੱਕਰ ਨੇ ਕਹਿਤਾ ਤੇ ਤੈਨੂੰ ਮਾਰ ਕੇ ਜਾਂਦਾ ਮੈਂ ਬੁੜੀਏ ਦੱਸ ਤੂੰ ਐਂ ਕਰ ਰੀਤ ਚੁੱਪ ਕਰਕੇ ਸਾਈਨ ਕਰ ਦੇ ਪ੍ਰਧਾਨ ਦੇ ਹੱਕ ਚ ਜੇ ਜਾਨ ਬਚਾਉਣੀ ਹੈ ਕੱਲ ਨੂੰ ਕਚਹਿਰੀ ਚ ਆ ਜਾਓ ਦੋ ਚਾਰ ਦਿਨ ਤਾਂ ਆਰਾਮ ਕਰਨ ਦੇ
ਚੱਲਣ ਜੋਗੀ ਤਾਂ ਹੋਣ ਦੇ। ਚੁੱਪ ਕਰਕੇ ਸਾਈਨ ਕਰ ਦਿਓ। ਰੋਜ਼ ਇਹ ਮੈਨੂੰ ਤਾਂ ਗੁੱਸਾ ਇੰਨਾ ਚੜ੍ਹ ਗਿਆ ਇਹ ਤੇ ਕਾਰੀ ਦੇ ਨਾਂ ਵਿਕਰਾ ਨਾ 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 ਜੇ ਇਹ ਮਾਰਤੀ ਤੇ ਫਿਰ ਸਾਈਨ ਕੌਣ ਕਰੂ? ਜ਼ਮੀਨ ਆਪਣੇ ਨਾਂ ਕੌਣ ਕਰਾਊ? ਮੈਂ ਇਹਨੂੰ ਕਹਿੰਦਾ ਅਜੇ ਪੈਸਾ ਮਿਲੂਗਾ। ਚੱਲ ਆਏ ਵਿਕਰਾ। ਰੀਤ ਪੈਸੇ ਵੀ ਮਿਲ ਜਾਣਗੇ, ਸਭ ਕੁਛ ਮਿਲ ਜੂ। ਹੁਣ ਐਵੇਂ ਨਾ ਜਵਾ ਜਾਨ ਗਵਾ ਬੈਠੀ। ਸਮਝਾ ਦੇ ਮਾਈ ਇਹਨੂੰ। ਪੁੱਤ ਜੇ ਮੰਨ ਜਾਂਦੀ ਤਾਂ ਆ ਕੁਛ ਤਾਂ ਨਾ ਹੁੰਦਾ। ਲੱਤਾਂ ਤੜਵਾ ਕੇ ਹੁਣ ਠੀਕ ਹੈ ਜੀ? ਦੱਸ ਹੁਣ ਸਰਪੰਚ ਆ ਗਿਆ। ਬੇਬੇ ਹੁਣ ਤਾਂ ਉਹ ਚਾਹੇ ਮੈਨੂੰ ਮਾਰ ਦੇ ਪਰ ਜ਼ਮੀਨ ਨਹੀਂ ਮੈਨੂੰ ਦਿੰਦੀ। ਆਹ ਤਾਂ ਮਰਿਆਂ ਦਾ ਵਾਧਾ ਹੋ ਗਿਆ, ਲੱਤਾਂ ਤੋੜ ਗਿਆ। ਕੁਛ ਨਹੀਂ ਹੋਇਆ ਬੇਬੇ ਮੈਨੂੰ, ਹੋ ਜੂ ਮੈਂ ਸੈੱਟ। ਹਜੇ ਕਹਿੰਦੀ ਕੁਛ ਨੀ ਹੋਇਆ, ਆ ਹੋਇਆ ਨੀ ਲੱਤਾਂ ਵਾਲਾ ਤਾਂ ਪਿੰਜਰ ਬਣਾਤਾ, ਮੰਨ ਲੈਂਦੀ ਗੱਲ। ਮਾਂ ਮੈਂ ਨੀ ਉਹਨਾਂ ਦੀ ਕੋਈ ਵੀ ਗੱਲ ਮੰਨਦੀ। ਚੰਗਾ ਫਿਰ ਪਈ ਰਹੀ ਹੁਣ 6 ਮਹੀਨੇ ਮੰਜੇ ਤੇ। ਨਾਲੇ ਮੈਨੂੰ ਪਤਾ ਨੀ ਕੀ ਕਿਹੜੇ ਮੱਥੇ ਲੱਗਾ ਸੀ ਜਿੱਦਾਂ ਇਹ ਜੰਮੀ ਸੀਗੀ, ਜਿਹੜੀ ਗੱਲ ਹੀ ਨੀ ਮੰਨਦੀ, ਨਾ ਮੇਰੀ ਮੰਨੇ, ਉਹ ਸਰਪੰਚ ਆਇਆ ਸੀ ਨਾ ਉਹਦੀ ਮੰਨੀ। ਆ ਦੇਖ ਲਾ ਹੁਣ ਉਹਦਾ ਨਤੀਜਾ ਦੇਖ ਲਾ। ਮਾਂ ਤੂੰ ਤਾਂ ਚੁੱਪ ਕਰ ਜਾ। ਹਾਂ ਮੇਰੇ ਵੀ ਪਾਪ ਕਰੇ ਹੋਏ ਆ, ਤੈਨੂੰ ਜੰਮਿਆ ਜਦੋਂ